ਇਹਦੇ 'ਚ 4 ਕਿਲੋ ਦੀ ਰਿਕਵਰੀ ਇਹਦੇ 'ਚ ਅਤੇ 97,30,000 ਰੁਪਇਆ ਕੈਸ਼ ਕੈਸ਼ ਇਹ 4 ਕਿਲੋ ਫੀਨ ਭੁੱਕੀ ਸੀ ਕੀ ਨਹੀਂ ਜੀ ਨਹੀਂ ਹੀਰੋਇਨ 4 ਕਿਲੋ ਹੀਰੋਇਨ ਕਿੰਨੇ 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 ਇਹ ਆਪਾਂ ਸਕਰੀਨ 'ਤੇ ਵੱਡੀ 'ਤੇ ਵੀ ਦਿਖਾ ਦਾਂ ਕਿੰਨੀ ਕੁ ਕੁਆਂਟ ਉਹਦੀ ਹੋਏਗੀ ਇਹ ਦੋ ਮੁਕਦਮੇ ਵਰਥ ਰੇਟ ਦੇਖੀ ਹਾਂ ਤੁਸੀਂ ਦੇਖ ਲਓ ਵੀ 5 ਕਰੋੜ ਲਾਉਂਦੇ ਆ ਕਿਲੋ ਦੀ ਅੱਛਾ ਇਹ ਦੋ ਇਕੱਠੀਆਂ ਐਫ ਆਈ ਆਰਾਂ ਜੀ ਓਕੇ ਓਕੇ 4 ਕਿਲੋ ਹੀ ਅਗਲੀ 'ਚ 8 ਕਿਲੋ ਹੋ ਗਏ ਟੋਟਲ ਸਰ ਠੀਕ ਹੈ ਜੀ ਮਤਲਬ 8 ਕਰੋੜ ਦੀ ਮੰਨ ਲਓ ਇਸ ਤੋਂ ਅੱਗੇ ਵੀ ਨਹੀਂ ਜੀ ਉਸ 20 ਕਰੋੜ ਦੀ ਅੱਛਾ 20 ਕਰੋੜ ਦੀ ਹੈ 8.5-40 ਕਰੋੜ ਦੀ ਓਕੇ ਠੀਕ ਹੈ ਜੀ ਹੁਣ ਜਿਹੜੇ ਸਮਗਲਰ ਦੇ ਘਰੋਂ ਤੁਹਾਨੂੰ 97 ਲੱਖ ਦੀ ਕਰੋੜ ਹੀ ਹੋ ਗਿਆ ਰਿਕਵਰੀ ਹੁੰਦੀ ਆ ਦੇਖ ਲਓ ਵੀ ਸਮਗਲਰ ਕਿੱਡਾ ਹੋਊਗਾ ਇਹ ਪਰਚਾ ਹੈਗਾ 2015 ਦਾ ਹੁਣ ਜੇਕਰ ਉਧਰ ਬਾਬਾ ਫੜਿਆ ਜਾਂਦਾ ਨਾ ਬਾਬੇ ਦੇ ਉੱਤੇ ਕਾਰਵਾਈ ਹੋ ਜਾਂਦੀ ਤੇ ਮੇਰਾ ਖਿਆਲ ਹੈ ਵੀ 4 ਜ਼ਿਲ੍ਹਿਆਂ ਦੇ ਵਿੱਚੋਂ ਨਸ਼ਾ ਖਤਮ ਹੋ ਸਕਦਾ ਖਤਮ ਹੋ ਜਾਂਦਾ ਕਿਉਂਕਿ ਮੇਨ ਸੀ ਉਹ ਤੇ ਉਹ ਫਿਰ ਬਾਦਲ ਸਾਹਿਬ ਦੀ ਕਿਰਪਾ ਵਰਸੀ ਵਰਸ ਗਈ ਜੀ ਫਿਰ ਉੱਥੇ ਕੀ ਕਰੋਗੇ ਜੀ ਤੁਸੀਂ ਹੁਣ ਜਦੋਂ ਬਾਈ ਜੀ ਅਸੀਂ ਉਹਨਾਂ ਨੂੰ ਫਿਰ ਫੜਨ ਦੀ ਕੋਸ਼ਿਸ਼ ਕੀਤੀ ਤੇ ਬੰਦੇ ਕਿੱਥੇ ਸੀ ਉਹ ਇੱਕ ਮਿਨਿਸਟਰ ਦੇ ਘਰੇ ਨਾਮ ਦੱਸ ਸਕਦੇ ਹੋ ਮੇਜਰ ਸਿੰਘ ਸੀ ਅੱਛਾ ਕਿਉਂਕਿ ਇਸ ਧੰਦੇ ਦੇ ਵਿੱਚ ਸਾਰੇ ਨੰਗੇ ਆ ਸਾਨੂੰ ਸੱਦ ਕੇ ਆਪਦੇ ਘਰਾਂ 'ਚ ਕਹਿੰਦੇ ਨੇ ਵੀ ਆਹ ਬੰਦਾ ਸਮਗਲਰ ਹੈ ਜੀ ਅਤੇ ਤੁਹਾਡੇ ਕੋਲ ਪਰਚਾ ਇਹਦਾ ਇਹਦੀ ਐਂਟੀਸਪੀਟਰੀ ਲੱਗੀ ਇਹਨੂੰ ਸ਼ਾਮਿਲ ਕਰੋ ਇਹਨੂੰ ਜਮਾਨਤ ਰੈਗੂਲਰ ਦਿਓ ਇੱਥੋਂ ਤੱਕ ਇਹ ਲੋਕ ਮਦਦ ਕਰਦੇ ਹੁਣ ਜੇ ਵੀ ਕਰਦੇ ਇਹ ਲੋਕ ਇੰਨੀ ਦਲੇਰੀ ਨਾਲ ਬੱਚਿਆਂ ਨੂੰ ਮਾਰ ਸਕਦੇ ਆ ਗੱਡੀਆਂ ਚੜ੍ਹਾ ਕੇ ਇਹਨਾਂ ਦੇ ਪਿੱਛੇ ਕੌਣ ਹੋਊਗਾ ਜੀ ਫਿਰ ਮੈਂ ਹੁਣ ਤੁਹਾਨੂੰ ਜੋੜ ਦਿੱਤਾ ਨਾ ਵੀ ਪੋਲੀਟੀਕਲ ਅਤੇ ਡੇਰਾ ਧਾਰਮਿਕ ਬੰਦੇ ਹੋ ਗਏ ਪੋਲਿਟਿਕਸ ਹੋ ਗਈ ਨਾਲ ਫਿਰ ਪੁਲਿਸ ਵੀ ਹੁੰਦੀ ਹੈ ਬੜੇ ਗੂੜੇ ਸੰਬੰਧ ਆ ਤੁਸੀਂ ਰਾਣੂ ਸਰਪੰਚ ਵਾਲਾ ਕੇਸ ਚੱਕ ਲਓ ਨਾਨਕਸਰ ਵਾਲੇ ਡੇਰੇ ਦਾ ਸਪਸ਼ਟ ਆਇਆ ਬਹੁਤ ਮਾੜਾ ਦੱਸੋ ਕੀ ਸੀ ਉਹ ਠੀਕ ਹੈ ਜੀ ਜਿਹੜੇ ਉਹ ਨਾਨਕਸਰ ਵਾਲੇ ਬਾਬੇ ਉਹਨਾਂ ਦਾ ਭਾਣਜਾ ਵਿੱਚ ਨੇ ਬੋਲਵੋ ਦੇ ਵਿੱਚ ਉੱਥੇ ਨਾਨਕਸਰ ਡੇਰੇ ਦੇ ਵਿੱਚ ਰਿਕਵਰੀ ਪਰ ਉੱਥੇ ਸੰਦੀਪ ਸੰਧੂ ਉਹ ਕੈਪਟਨ ਜਿਹੜੇ ਹੁਣ ਆਪਾਂ ਗੱਲਾਂ ਕਰਦੇ ਲੋਕ ਇਹ ਲੋਕ ਤਾਂ ਮੈਂ ਕਹਿੰਦਾ ਬਾਈ ਜੀ ਤਾਂ ਜਿਉਂਦੇ ਸਾੜ ਦੇਣੇ ਚਾਹੀਦੇ ਯਾਰ ਇਹ ਸਾਡੇ ਲੀਡਰ ਬਣੇ ਫਿਰਦੇ ਹਾਂਜੀ ਉਸ ਚੈਪਟਰ ਨੂੰ ਹੀ ਖਤਮ ਕਰ ਦਿੱਤਾ ਕਮਰ ਵਿਜੇ ਪ੍ਰਤਾਪ ਸਿੰਘ ਨੂੰ ਗ੍ਰਹਿ ਭਾਗ ਦੇ ਦਿਓ ਠੀਕ ਹੈ ਜੀ ਅਸੀਂ ਰਿਟਾਇਰਡ ਹਾਂ ਅਸੀਂ ਸਹਿਯੋਗ ਕਰਾਂਗੇ ਅਸੀਂ ਤਾਂ ਉਹ ਸਪੇਰੇ ਹਾਂ ਜਿਹਨਾਂ ਨੇ ਨਾਗ ਖੁੱਟ 'ਚੋਂ ਪਤਾ ਸੀ ਵੀ ਇਸ ਖੁੱਟ 'ਚ ਨਾਗ ਬੈਠਾ ਹੱਥ ਪਾ ਕੇ ਕੱਢ ਲਿਆ ਠੀਕ ਹੈ 3 ਮਹੀਨੇ ਦੀ ਗਰੰਟੀ ਦਿੰਦੇ ਹੋ ਤੁਸੀਂ ਤਾਂ ਕਹਿੰਦੇ ਨਾ ਲੋਕਾਂ ਤੋਂ ਧਮਕੀਆਂ ਦੇ ਕੇ ਪੈਸੇ ਮੰਗਦੇ ਆ ਤੈਨੂੰ ਜਸਪਾਲ ਕਹੂੰਗਾ 20 ਲੱਖ ਰੁਪਇਆ ਦੇ ਕੇ ਜੈਪਨੀ ਬੈਗ ਦੀ ਲਾਉਣੀ ਇੱਥੋਂ ਲੈ ਕੇ ਤੁਰ ਪਈ ਮੋਹਾਲੀ ਨੂੰ ਲੁਧਿਆਣੇ ਨੂੰ ਤੇਰੇ ਨਾਲ ਝਾਕ ਵੀ ਜਾਵੇ ਨਾ ਕੋਈ ਨਾਲ ਦਿਸਦੇ ਹੋਣਗੇ ਵਿੱਚ ਪੈਸੇ ਪੈਸੇ ਪਏ ਝਾਕ ਵੀ ਜਾਵੇ ਤੇਰੇ ਪੈਸਿਆਂ ਨੂੰ ਖੋਣ ਦੀ ਗੱਲ ਤਾਂ ਦੂਰ ਮੈਂ ਸਿਰ ਕਲਮ ਕਰਾ ਦੂੰਗਾ ਹਾਂ ਦੋਸਤੋ ਅੱਜ ਤੁਹਾਨੂੰ ਬੜੀਆਂ ਹੈਰਾਨ ਕਰਨ ਵਾਲੀਆਂ ਗੱਲਾਂ ਸੁਣਨ ਨੂੰ ਮਿਲਣਗੀਆਂ ਤੁਸੀਂ ਦੇਖਿਆ ਹੋਣਾ ਕਿ ਬਲਵਿੰਦਰ ਸਿੰਘ ਸੇਖੋਂ ਜਿਹੜੇ ਸਾਬਕਾ DSP ਨੇ ਪੰਜਾਬ ਪੁਲਿਸ ਦੇ ਉਹ ਪਿਛਲੇ ਕਾਫੀ ਸਮੇਂ ਤੋਂ ਐਕਟਿਵਲੀ ਪ੍ਰਚਾਰ ਕਰਦੇ ਆ ਰਹੇ ਨੇ ਬੋਲਦੇ ਆ ਰਹੇ ਨੇ ਭ੍ਰਿਸ਼ਟਾਚਾਰ ਦੇ ਖਿਲਾਫ ਜਾਂ ਜਿਹੜੇ ਸਾਡੇ ਲੀਡਰ ਨੇ ਉਹਨਾਂ ਦੇ ਖਿਲਾਫ ਵੀ ਉਹ ਲੋਕ ਕਿਵੇਂ ਕਿਵੇਂ ਸਿਸਟਮ ਨੂੰ ਖਰਾਬ ਕਰ ਰਹੇ ਨੇ ਨਸ਼ਾ ਵੇਚ ਰਹੇ ਨੇ ਗੁੰਡਾਗਰਦੀ ਕਰ ਰਹੇ ਨੇ ਗੈਂਗਸਟਰ ਪੈਦਾ ਕੀਤੇ ਜਾ ਰਹੇ ਨੇ ਔਰ ਕੁੰਵਰ ਸਾਹਿਬ ਦੀ ਰਿਪੋਰਟ ਵੀ ਜਿਹੜੀ ਹਾਲ ਫਿਲਹਾਲ ਤੁਸੀਂ ਸਾਡੇ ਚੈਨਲ 'ਤੇ ਵੀ ਅਤੇ ਇੱਕ ਪੰਜਾਬ ਦਸਤਾਵੇਜ਼ ਚੈਨਲ 'ਤੇ ਵੀ ਉਹਨਾਂ ਦੀ ਇੰਟਰਵਿਊ ਦੇਖੀ ਸੀ ਉਹ ਵੀ ਆਪਣੇ ਆਪ ਦੇ ਵਿੱਚ ਇੱਕ ਬੜੇ ਵੱਡੇ ਮਤਲਬ ਹਿਲਾ ਕੇ ਰੱਖ ਦੇਣ ਵਾਲੀ ਹੈ ਝੰਜੋੜ ਕੇ ਰੱਖ ਦੇਣ ਵਾਲੀ ਹਾਲਾਂਕਿ ਪੂਰੀ ਰਿਪੋਰਟ ਹਲੇ ਤੁਹਾਡੇ ਤੱਕ ਨਹੀਂ ਪਹੁੰਚੀ ਉਹ ਵੀ ਕੋਸ਼ਿਸ਼ ਕਰਾਂਗੇ ਜਲਦੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਤੁਹਾਡੇ ਤੱਕ ਪਹੁੰਚਾਈ ਜਾਵੇ ਹੁਣ ਮਸਲਾ ਇਹ ਹੈ ਕਿ ਸੇਖੋਂ ਸਾਹਿਬ ਵੀ ਪਿਛਲੇ ਕਾਫੀ ਟਾਈਮ ਤੋਂ ਕਹਿੰਦੇ ਆ ਰਹੇ ਨੇ ਕਿ ਪੋਲੀਟੀਕਲ ਅਤੇ ਬਿਊਰੋਕਰੇਸੀ ਦਾ ਅਤੇ ਜਿਹੜਾ ਜੁਡੀਸ਼ਰੀ ਦਾ ਨੈਕਸਸ ਬੜੇ ਐਕਟਿਵਲੀ ਸਰਗਰਮ ਆ ਦੋਸ਼ੀਆਂ ਨੂੰ ਗੁੰਡਿਆਂ ਨੂੰ ਸਮਗਲਰਾਂ ਨੂੰ ਬਚਾਉਣ ਦੇ ਵਿੱਚ ਅਤੇ ਹੁਣ ਉਹਨਾਂ ਨੇ 18 ਤਰੀਕ ਦਾ ਇੱਕ ਪ੍ਰੋਗਰਾਮ ਵੀ ਰੱਖਿਆ ਹੋਇਆ ਚੰਡੀਗੜ੍ਹ ਦੇ ਵਿੱਚ ਜਿਹਦੇ ਇਹੀ ਮੁੱਦੇ ਲੈ ਕੇ ਆ ਰਹੇ ਨੇ ਕਿ ਜੁਡੀਸ਼ਰੀ ਵਿੱਚ ਜਿਹੜੀ ਖੱਜਲ ਖਰਾਬੀ ਹੋ ਰਹੀ ਹੈ ਜਿਹੜੇ ਡਰੱਗ ਦੇ ਕੇਸਿਸ ਨੇ ਉਹਦੇ ਬੰਦ ਲਿਫਾਫੇ ਜਿਹੜੇ ਅੱਜ ਤੱਕ ਖੁੱਲ੍ਹੇ ਨਹੀਂ ਗਏ ਹਾਈ ਕੋਰਟ ਦੇ ਵੱਲੋਂ ਉਹ ਸਾਰੇ ਸਿਸਟਮ ਨੂੰ ਲੈ ਕੇ ਉਹ ਇੱਕ ਪ੍ਰੋਗਰਾਮ ਕਰਨ ਜਾ ਰਹੇ ਨੇ ਸਰਦਾਰ ਰਾਜਵਿੰਦਰ ਸਿੰਘ ਬੈਂਸ ਜੋ ਕਿ ਹਾਈ ਕੋਰਟ ਦੇ ਵਕੀਲ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਹੋਰ ਵੀ ਬੜੀਆਂ ਸ਼ਖਸੀਅਤਾਂ ਉੱਥੇ ਪਹੁੰਚਣਗੀਆਂ ਤੁਸੀਂ ਵੀ ਪਹੁੰਚੋ ਹਾਜ਼ਰੀ ਲਵਾਓ ਆਪਣੀ 28 ਸੈਕਟਰ ਕੇਂਦਰੀ ਸਿੰਘ ਸਭਾ ਦੇ ਵਿੱਚ 18 ਤਰੀਕ ਨੂੰ 10 ਵਜੇ ਸੋ ਉਸ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਮੇਰੇ ਨਾਲ ਸਾਬਕਾ SHO ਨੇ ਸਤਪਾਲ ਸਿੰਘ ਜੀ ਇਹਨਾਂ ਦੀ ਵੀ ਤੁਸੀਂ ਇੱਕ ਵੀਡੀਓ ਸੁਣੀ ਹੋਣੀ ਆ ਰਾਜਾ ਵੜਿੰਗ ਅਤੇ ਹੋਰ ਕਈ ਚੀਜ਼ਾਂ ਬਾਰੇ ਜਿਵੇਂ ਉਹ ਬਦਮਾਸ਼ੀ ਕਰਦੇ ਨੇ ਸੋ ਅੱਜ ਵੀ ਇਹਨਾਂ ਤੋਂ ਗੱਲ ਪੁੱਛਾਂਗੇ ਕਿ ਜਿਹੜਾ ਇੱਕ ਇਲਜ਼ਾਮ ਬਲਵਿੰਦਰ ਸਿੰਘ ਸੇਖੋਂ ਤੁਹਾਡੇ ਮਹਿਕਮੇ 'ਚ ਤੁਹਾਡੇ ਸੀਨੀਅਰ ਲਾਉਂਦੇ ਰਹੇ ਨੇ ਤੁਸੀਂ ਵੀ ਮੇਰਾ ਖਿਆਲ ਉਹਨਾਂ ਦੇ ਨਾਲ ਡਿਊਟੀ ਵੀ ਕਿਤੇ ਕੀਤੀ ਹੋਊਗੀ ਕੁੜੀਆਂ ਨੇ ਤੇ ਉਹਨਾਂ ਦਾ ਇੱਕ ਅਕਸਰ ਇਲਜ਼ਾਮ ਆ ਕਿ ਪੋਲੀਟੀਕਲ ਨੈਕਸਸ ਬਿਊਰੋਕਰੇਸੀ ਰਲ ਮਿਲ ਕੇ ਹੀ ਪੰਜਾਬ ਦੇ ਵਿੱਚ ਨਸ਼ਿਆਂ ਦਾ ਧੰਦਾ ਕਰ ਰਹੀ ਆ ਤੇ ਤੁਸੀਂ ਵੀ ਆ FIR ਦਿਖਾਈਆਂ ਸੀ ਮੈਨੂੰ ਬਿਹਾਈਂਡ ਦਾ ਕੈਮਰਾ ਆਪਾਂ ਡਿਸਕਸ਼ਨ ਕਰ ਰਹੇ ਸੀ ਤੇ ਤੁਹਾਡੇ ਉੱਪਰ ਵੀ ਜਦੋਂ ਤੁਸੀਂ ਸਮਗਲਰਾਂ ਨੂੰ ਫੜਦੇ ਸੀ
ਤੇ ਕਿੰਨਾ ਕੁਛ ਤੁਹਾਡੇ ਉੱਪਰ ਪ੍ਰੈਸ਼ਰ ਪਾ ਕੇ ਉਹ ਬੰਦੇ ਛਡਵਾ ਲਏ ਜਾਂਦੇ ਸੀ। ਹੁਣ ਅਸੀਂ ਇੱਥੇ ਦਰਸ਼ਕਾਂ ਦੇ ਸਾਹਮਣੇ ਆਪਾਂ ਗੱਲ ਕਰਾਂਗੇ ਕਿ ਉਹ ਕਿਸ ਕਿਸ ਕਿਸਮ ਦੇ ਜਿਹੜੇ ਸਮਗਲਰ ਤੁਸੀਂ ਫੜੇ, ਕਿਵੇਂ ਫੜੇ ਔਰ ਕਿਹੜੇ ਕਿਹੜੇ ਬੰਦੇ ਤੁਹਾਡੇ ਤੋਂ ਉਹ ਬੰਦਿਆਂ ਨੂੰ ਛਡਵਾ ਕੇ ਲੈ ਕੇ ਜਾਂਦੇ। ਤੁਸੀਂ ਤਫਸੀਲ ਦੇ ਨਾਲ ਸਟੈਪ ਬਾਏ ਸਟੈਪ ਸਾਰੀ ਗੱਲ ਨੂੰ ਦਰਸ਼ਕਾਂ ਸਾਹਮਣੇ ਦੱਸੋ ਤਾਂ ਕਿ ਜਿਹੜੇ ਸਾਡੇ ਰਹਿਬਰ ਨੇ, ਪੰਥਕ ਵੀ ਨੇ, ਭਾਵੇਂ ਜਿਹੜੇ ਮਰਜ਼ੀ ਹੋਣ, ਉਹਨਾਂ ਦੇ ਚਿਹਰੇ ਅਸਲ ਦੇ ਵਿੱਚ ਨੰਗੇ ਹੋਣੇ ਚਾਹੀਦੇ ਆ, ਜਿਨ੍ਹਾਂ ਨੇ ਉੱਪਰੋਂ ਦੀ ਗਾਤਰੇ ਪਾ ਕੇ, ਚੋਲੇ ਪਾ ਕੇ ਤੇ ਪੰਜਾਬ ਨੂੰ ਬਰਬਾਦ ਕੀਤਾ। ਜੀ ਪਹਿਲਾਂ ਤਾਂ ਜੀ ਤੁਹਾਡੇ ਬ੍ਰੇਨ ਆਨ ਟੀਵੀ ਦੇ ਸਾਰੇ ਸਰੋਤੇ ਤੇ ਸਰਦਾਰ ਜਸਪਾਲ ਸਿੰਘ ਜੀ ਤੁਹਾਨੂੰ ਜੀ ਸਾਰਿਆਂ ਨੂੰ ਪਿਆਰ ਭਰੀ ਮੇਰੇ ਵੱਲੋਂ, ਸਤਪਾਲ ਸਿੰਘ ਰਿਟਾਇਰ ਥਾਣੇਦਾਰ ਵੱਲੋਂ ਸਤਿ ਸ੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਤੇ ਪੰਜਾਬ ਦਾ ਦਰਦ ਰੱਖਣ ਵਾਲੇ ਸਾਰੇ ਵੀਰਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜੀ। ਹਾਂਜੀ, ਜਿਹੜਾ ਤੁਸੀਂ ਇਸ਼ੂ ਸੇਖੋਂ ਸਾਹਿਬ ਵੀ ਉਠਾ ਰਹੇ ਆ ਜੀ, ਹੁਣ ਕੁੰਵਰ ਵਿਜੇ ਪ੍ਰਤਾਪ ਸਿੰਘ ਵੀ ਇਸ ਮਸਲੇ ਤੇ ਬੋਲਣ ਲੱਗ ਪਏ। ਦੌਰਾਨੇ ਡਿਊਟੀ ਕਈ ਮਜਬੂਰੀਆਂ ਹੁੰਦੀਆਂ, ਕਈ ਤਰ੍ਹਾਂ ਦੇ ਸੰਗਲ ਸਾਡੇ ਵੀ ਗਲਾਂ ਚ ਪਏ ਹੁੰਦੇ। ਹੁਣ ਜਿਵੇਂ ਅਸੀਂ ਰਿਟਾਇਰ ਹੋ ਕੇ ਮੁਕਤ ਇਹਨਾਂ ਚੀਜ਼ਾਂ ਤੋਂ, ਤੇ ਸਾਡਾ ਇਹ ਫਰਜ਼ ਵੀ ਬਣਦਾ ਵੀ ਜਿਹੜਾ ਪੰਜਾਬ ਦੇ ਨਾਲ, ਅਸੀਂ ਪੰਜਾਬ ਦੇ ਪੁੱਤ ਹਾਂ, ਪੰਜਾਬ ਦੇ ਵਿੱਚ ਹੀ ਜੰਮੇ ਹਾਂ, ਨੌਕਰੀਆਂ ਅਹੁਦੇ ਇਹ ਸਭ ਬਾਅਦ ਦੀਆਂ ਗੱਲਾਂ। ਬਿਲਕੁਲ ਠੀਕ ਹੈ। ਜਿਸ ਅਸੀਂ ਧਰਤੀ ਦਾ ਅੰਨ ਖਾਧਾ, ਜਿਸ ਧਰਤੀ ਦਾ ਅਸੀਂ ਪਾਣੀ ਪੀਤਾ, ਉਹਦੇ ਜਿਹੜੇ ਸਾਡੇ ਤੋਂ ਅਗਲੀ ਸਾਡੀ ਪੀੜ੍ਹੀ ਆ, ਬਿਲਕੁਲ ਉਹਨੂੰ ਬਚਾਉਣਾ, ਠੀਕ ਹੈ, ਉਹਨਾਂ ਦੇ ਹਿੱਤਾਂ ਦੀ ਰਾਖੀ ਕਰਨਾ ਸਾਡਾ ਸਾਰਿਆਂ ਦਾ ਪਹਿਲਾ ਫਰਜ਼ ਹੈ। ਬਿਲਕੁਲ। ਉਹ ਚਾਹੇ ਕੋਈ ਆਮ ਨਾਗਰਿਕ ਆ, ਚਾਹੇ ਕੋਈ ਕਿਸੇ ਵੀ ਜ਼ਿੰਮੇਵਾਰੀ ਅਹੁਦੇ ਤੇ ਬੈਠਾ ਬਿਊਰੋਕਰੇਟ ਹੈ, ਮੈਂ ਇਹ ਨਹੀਂ ਕਹਿੰਦਾ ਸਾਰੇ ਹੀ ਮਾੜੇ ਹੁੰਦੇ ਆ, ਸਾਰੇ ਕੋਈ ਪੁਲਿਸ ਅਫਸਰ ਵੀ ਬਹੁਤ ਚੰਗੇ ਨੇ, ਕੁਛ ਮਾੜੇ ਹੁੰਦੇ, ਮਿਕਸ ਨੇ, ਜਿਹੜੇ ਕੁਛ ਬਿਊਰੋਕਰੇਟ ਵੀ ਇਸ ਤਰ੍ਹਾਂ ਦੇ ਨੇ, ਕੁਛ ਦਰਦ ਰੱਖਣ ਵਾਲੇ ਵੀ ਹੈਗੇ, ਚੰਗੇ ਲੋਕ ਵੀ ਬਹੁਤ ਹੈਗੇ ਆ, ਜੱਜ ਵੀ ਕਈ ਚੰਗੇ ਨੇ। ਇਸ ਕਰਕੇ ਹਰ ਤਰ੍ਹਾਂ ਦੇ ਲੋਕ ਸਮਾਜ ਦੇ ਵਿੱਚ ਹੁੰਦੇ ਆ, ਪਰ ਸਾਡਾ ਜਦੋਂ ਅਸੀਂ ਨੈਤਿਕਤਾ ਦੇ ਕਿਸੇ ਸਾਨੂੰ ਕੋਈ ਜ਼ਿੰਮੇਵਾਰੀ ਮਿਲਦੀ ਆ ਤੇ ਜਦੋਂ ਅਸੀਂ ਆਪਦਾ ਫਰਜ਼ ਨਿਭਾਉਂਦੇ ਆ, ਉਸ ਫਰਜ਼ ਨੂੰ ਨਿਭਾਉਣ ਦੇ ਵਿੱਚ ਜਦੋਂ ਰੁਕਾਵਟਾਂ ਪੈਦਾ ਕੀਤੀਆਂ ਜਾਂਦੀਆਂ, ਉਦੋਂ ਦਿਲ ਵੀ ਦੁਖਦਾ, ਪਰ ਉਦੋਂ ਨਹੀਂ ਬੋਲਿਆ ਜਾਂਦਾ। ਪਰ ਅੱਜ ਸਾਡਾ ਇਹ ਫਰਜ਼ ਬਣਦਾ ਵੀ ਜੋ ਪੰਜਾਬ ਦੇ ਨੌਜਵਾਨੀ ਨਾਲ ਹੋਇਆ, ਪਿੱਛੇ ਹੋਇਆ ਜਾਂ ਅੱਗੇ ਹੋਣ ਜਾ ਰਿਹਾ, ਹੁਣ ਵੀ ਹੋ ਰਿਹਾ, ਕਿਉਂਕਿ ਹੁਣ ਦੀਆਂ ਤਿਆਰੀਆਂ ਵੀ, ਅਸੀਂ ਇਸ ਚੀਜ਼ ਦੇ ਚਸ਼ਮਦੀਦ ਹਾਂ, ਠੀਕ ਹੈ, ਅਸੀਂ ਉਹ ਵੀ ਸਮਾਂ ਦੇਖਿਆ, ਅਸੀਂ ਸਾਨੂੰ ਆਉਣ ਵਾਲੇ ਸਮੇਂ ਦੇ ਵੀ ਪਤਾ ਹੁੰਦਾ ਸੀ ਵੀ ਇਹ ਪੁਲਿਸ ਅਫਸਰ ਇਹਦੇ ਰਿਜ਼ਲਟ ਅੱਗੇ ਕੀ ਨਿਕਲਣਗੇ, ਜੀ ਜੀ ਜੀ, ਠੀਕ ਹੈ, ਜੋ ਕਿ ਨਾ ਸਾਡੇ ਵਾਸਤੇ ਚੰਗੇ ਆ, ਨਾ ਸਾਡੇ ਨੌਜਵਾਨਾਂ ਵਾਸਤੇ ਚੰਗੇ ਆ, ਨਾ ਹੀ ਸਾਡੀ ਕੌਮ ਵਾਸਤੇ ਚੰਗੇ, ਜਿਹੜੇ ਪਹਿਲਾਂ ਵੀ ਮਰੇ ਭਾਵੇਂ ਖਾੜਕੂਆਂ ਦੇ ਰੂਪ ਚ ਮਰੇ, ਸਾਡੇ ਸੀ, ਸਾਡਾ ਖੂਨ ਡੁੱਲਿਆ, ਹੁਣ ਜੇ ਨਸ਼ਿਆਂ ਚ ਮਰ ਰਹੇ ਤੇ ਉਹ ਵੀ ਸਾਡੇ ਹੀ। ਪੰਜਾਬ ਦੇ ਜੋ ਵੀ ਬਛਿੰਦਾ ਪੰਜਾਬ ਦੇ ਵਿੱਚ ਵੱਸਦਾ, ਪੰਜਾਬ ਸਾਰਿਆਂ ਦਾ, ਬਿਲਕੁਲ ਸਾਂਝਾ, ਠੀਕ ਹੈ, ਸਭ ਦਾ ਪੰਜਾਬ ਹੈ, ਬੀਇੰਗ ਅਸੀਂ ਕਿਸੇ ਧਰਮ ਦੇ, ਪਹਿਲਾਂ ਅਸੀਂ ਪੰਜਾਬੀ ਹਾਂ, ਇੱਕ ਪਿਤਾ ਇੱਕ ਸਕੇ ਮੁਬਾਰਕ, ਪਹਿਲਾਂ ਅਸੀਂ ਪੰਜਾਬੀ ਹਾਂ, ਸਾਨੂੰ ਪੰਜਾਬ ਦੀ ਧਰਤੀ ਨਾਲ ਪਿਆਰ ਹੋਣਾ। ਬਿਲਕੁਲ। ਜਿਹੜੀ ਹੁਣ ਤੁਸੀਂ ਗੱਲ ਕੀਤੀ ਹੈ ਡਰੱਗ ਦੀ, ਇਹ ਜਿਹੜਾ ਡਰੱਗ ਦਾ ਧੰਦਾ, ਇਹ ਕੋਈ ਆਮ ਬੰਦੇ ਦੇ ਵੱਸ ਦੀ ਗੱਲ ਨਹੀਂ ਗੀ, ਜੇ ਤੁਸੀਂ ਐਵੇਂ ਕਿਸੇ ਨੂੰ ਉੱਠਿਆ ਤੇ ਖਨੀ ਵੇਚਣ ਲੱਗ ਪਿਆ ਕਿ ਰਾਤੋ ਰਾਤ ਅਮੀਰ ਬਣ ਗਿਆ, ਇਹਦੀਆਂ ਜਿਹੜੀਆਂ ਤੰਦਾਂ, ਇਹਦੀਆਂ ਜਦੋਂ ਆਪਾਂ ਇਹਦੀਆਂ ਤੰਦਾਂ ਖੋਲਦੇ ਹਾਂ ਨਾ, ਇਹਦੀਆਂ ਜੜਾਂ ਕਿਤੇ ਹੋਰ ਹੀ ਲੱਗੀਆਂ, ਠੀਕ ਹੈ ਜੀ, ਦੇਖਣ ਨੂੰ ਜਿਹੜਾ ਬੰਦਾ ਫੜਿਆ ਜਾਂਦਾ ਹੈ, ਜਦੋਂ ਜਿੱਥੋਂ ਤੱਕ ਸਾਡੀ ਸੋਚ ਹੁੰਦੀ ਆ ਉਦੋਂ ਵੀ ਕਿਤੇ ਅੱਗੇ ਤੱਕ, ਜਦੋਂ ਇਹ ਤੰਦਾਂ ਫਿਰ ਖੁੱਲਦੀਆਂ, ਕਈ ਵਾਰੀ ਫਿਰ ਸਾਨੂੰ ਵੀ ਇਸ ਚੀਜ਼ ਦੀ ਹੈਰਾਨੀ ਹੁੰਦੀ ਹੈ ਵੀ ਯਾਰ ਅਸੀਂ ਸੋਚ ਕੀ ਰਹੇ ਹੁੰਦੇ, ਵਰਕ ਕੀ ਕਰ ਰਹੇ ਹੁੰਦੇ, ਜਾਂਦੀ ਗੱਲ ਕਿੱਥੋਂ ਤੱਕ ਹੈ। ਹੁਣ ਮੈਂ ਪਹਿਲੀ ਸ਼ੁਰੂਆਤ ਕਰਦਾ ਜੀ, ਮੈਂ ਸਦਰ ਮੋਗੇ ਥਾਣੇ 'ਚ ਤਾਇਨਾਤ ਸੀ ਜੀ, ਉੱਥੇ ਸਾਡੇ ਨਾਲ 3 ਕਾਲਜ ਪੈਂਦੇ ਆ ਨੇੜੇ ਨੇੜੇ ਸਦਰ ਮੋਗੇ ਦੇ ਏਰੀਏ ਦੇ ਵਿੱਚ, 4 ਕਾਲਜ, 1 ਬੀਏਡ ਕਾਲਜ ਹੈ, 2 ਉੱਥੇ ਇੰਜੀਨੀਅਰਿੰਗ ਕਾਲਜ ਹੈ, 1 ਉੱਥੇ ਹੋਰ ਕਾਲਜ ਹੈ ਲੜਕੀ, ਠੀਕ ਹੈ ਜੀ। ਉੱਥੇ ਸਾਡੇ ਪੰਜਾਬ ਦੇ ਵੀ ਸਟੂਡੈਂਟ ਹੈ ਅਤੇ ਜ਼ਿਆਦਾ ਸਟੂਡੈਂਟਾਂ ਦੀ ਗਿਣਤੀ ਪੰਜਾਬ ਤੋਂ ਬਾਹਰ ਦੇ ਸਟੇਟਾਂ ਦੀ ਆ, ਠੀਕ ਹੈ ਜੀ। ਉੱਥੇ ਜਦੋਂ ਇਹ ਧੰਦਾ ਡਰੱਗ ਦਾ, ਸਾਡੇ ਕੋਲ ਕੁਛ ਇਨਫੋਰਮੇਸ਼ਨ ਆਉਂਦੀਆਂ, ਈਵਨ ਕਿ ਉੱਥੋਂ ਦੇ ਜਿਹੜੇ ਪ੍ਰਿੰਸੀਪਲ ਸਾਹਿਬ ਸੀ ਉਹਨਾਂ ਨੇ ਵੀ ਸਾਡੇ ਕੋਲ ਦੁੱਖ ਜ਼ਾਹਰ ਕੀਤਾ ਵੀ ਜਿਹੜੇ ਬਾਹਰਲੀਆਂ ਸਟੇਟਾਂ ਤੋਂ ਜਵਾਕ ਆਉਂਦੇ ਆ ਅਤੇ ਯਾਰ ਜੋ ਅਸੀਂ ਦੇਖ ਰਹੇ ਹਾਂ ਅਤੇ ਮਾਪਿਆਂ ਦਾ ਵੀ ਭਰੋਸਾ ਉੱਠਦਾ ਇਸ 'ਚ, ਹੁਣ ਬੱਚਾ ਅਗਲੇ ਨੇ ਉੱਥੇ ਵਿਦਵਾਨ ਬਣਨ ਵਾਸਤੇ ਭੇਜਿਆ, ਪੜ੍ਹਨ ਲਈ ਭੇਜਿਆ, ਠੀਕ ਹੈ, ਉੱਥੋਂ ਨਿਕਲਦਾ ਡਰੱਗੀ ਬਣ ਕੇ ਜਾਂ ਗੈਂਗਸਟਰ ਬਣ ਕੇ ਨਿਕਲਦਾ ਅਤੇ ਫਿਰ ਉਹ ਮਾਂ ਪਿਓ ਦਾ ਭਰੋਸਾ ਸਾਡੀ ਸਟੇਟ ਤੋਂ ਵੀ ਉੱਠਦਾ, ਵੀ ਅਸੀਂ ਤਾਂ ਪੰਜਾਬ ਵਰਗੀ ਸਟੇਟ ਜਾਂ ਉਹਦਾ ਬੱਚਾ ਭੇਜਿਆ, ਪੰਜਾਬੀ ਕੌਮ ਤੇ ਧੱਬਾ ਲੱਗ ਰਿਹਾ ਵੀ, ਹਾਲਾਂਕਿ ਜਿਹੜਾ ਦੇਸ਼ ਦੇ ਵਿੱਚ ਉਹ ਪੰਜਾਬ ਦਾ ਇੱਕ ਨਾਂ ਹੈ, ਇਸ ਕਰਕੇ ਵੀ ਪੰਜਾਬੀ ਦਾਨੀ ਵੀ ਹੈ, ਪੰਜਾਬੀ ਦਰਦ ਵੀ ਰੱਖਦੇ ਆ, ਪੰਜਾਬੀ ਪਿਆਰ ਕਰਨਾ, ਤੇ ਜੇ ਉਹਨਾਂ ਨੇ ਇਹ ਸਮਝ ਕੇ ਆਪਦੇ ਬੱਚੇ ਇੱਥੇ ਭੇਜੇ ਆ ਤੇ ਇੱਥੋਂ ਬੱਚੇ ਜੇ ਅਸੀਂ ਪੰਜਾਬ ਦੇ ਵਿੱਚੋਂ ਬੱਚੇ ਡਰੱਗੀ ਬਣ ਕੇ ਜਾਂਦੇ ਆ, ਸਮਗਲਰ ਬਣ ਕੇ ਜਾਂਦੇ ਆ, ਗੈਂਗਸਟਰ ਬਣ ਕੇ ਜਾਂਦੇ ਆ, ਇਹ ਸਾਡੇ ਵਾਸਤੇ ਵੀ ਸਾਰਿਆਂ ਵਾਸਤੇ ਸਾਰਾ ਕੁਝ ਬਰਬਾਦ ਹੋ ਗਿਆ, ਧੱਬਾ, ਕਿਉਂਕਿ ਜਿਸ ਜਿਹੜੀ ਸ਼ੈਲਟਰ ਉਹਨੂੰ ਚੰਗੀ ਲੱਗੀ ਉਹ ਸ਼ੈਲਟਰ ਦੇ ਵਿੱਚੋਂ ਬੱਚਾ ਉਹਨਾਂ ਦਾ, ਉਸ ਨਾ ਅਸੀਂ ਖਰੇ ਉੱਤਰੇ ਫਿਰ ਉਹਨਾਂ ਦਾ ਤਾਂ ਭਰੋਸਾ ਟੁੱਟਣਾ। ਅਸੀਂ ਉੱਥੇ ਜੀ ਜਦੋਂ ਟਰੈਪ ਕੀਤਾ, ਸਮਗਲਰ ਲੋਕੇਟ ਹੋਏ, ਅਸੀਂ ਉਹਨਾਂ 'ਤੇ ਰੇਡ ਕੀਤੇ,
ਠੀਕ ਹੈ ਜਦੋਂ ਚਲੋ ਪਤਾ ਇਤਲਾਹ ਮਿਲੀ ਸੀ ਜਾਂ ਵੈਸੇ ਹਾਂਜੀ ਪਤਾ ਲੱਗ ਗਿਆ ਸੀ ਉੱਥੋਂ ਬੱਚਿਆਂ ਤੋਂ ਜਦੋਂ ਪੁੱਛਿਆ ਪੱਛਿਆ ਉਹਨਾਂ ਨੂੰ ਦੱਸਤਾ ਵੀ ਆਹ ਬੰਦੇ ਆਉਂਦੇ ਆ ਦੇਣ ਆਉਂਦੇ ਆ ਉੱਥੇ ਕੀ ਹੁੰਦਾ ਜੀ ਕਲੈਕਸ਼ਨ ਉਹ ਪਹਿਲਾਂ ਕਰਦੇ ਨੇ ਪੈਸਿਆਂ ਦੀ ਅੱਛਾ ਬਾਅਦ ਦੇ ਵਿੱਚ ਮਤਲਬ ਜਿਹੜੀ ਕੁਆਂਟਿਟੀ ਹੁੰਦੀ ਉਹਨਾਂ ਦੀ ਉਹ ਉਨੀ ਉਹਨਾਂ ਨੂੰ ਤੋਲ ਕੇ ਲਿਆਉਣੀ ਆ ਮਿੰਟੋ ਮਿੰਟ ਦੇਖ ਕੇ ਡਿਲੀਵਰੀ ਕਰਕੇ 10 ਮਿੰਟਾਂ ਚ ਆਉਂਦਾ ਅੱਗਾ ਜਦੋਂ ਉਹਨਾਂ ਨੇ ਪਹਿਲਾਂ ਮੈਨੂੰ ਧਮਕੀ ਦਿੱਤੀ ਪਹਿਲਾਂ ਮੈਨੂੰ ਇਹ ਗੱਲ ਕਿ ਤੈਨੂੰ ਸਮਗਲਰ ਹੈ ਤੈਨੂੰ ਮਿਲ ਮੈਂ ਹੀ ਮਿਲਣਾ ਚਾਹੁੰਦੇ ਹਾਂ ਮਿਲਣ ਦਾ ਮਤਲਬ ਇਹ ਹੁੰਦਾ ਵੀ ਤੁਸੀਂ ਸਾਡੇ ਨਾਲ ਖਰੀਦੋ ਫਰੋਖਤ ਕਰ ਲਓ ਜਦੋਂ ਅਸੀਂ ਨਹੀਂ ਉਸ ਗੱਲ ਤੇ ਆਏ ਫਿਰ ਉਹਨਾਂ ਨੇ ਸਾਨੂੰ ਧਮਕੀਆਂ ਵੀ ਸ਼ੁਰੂ ਕੀਤੀਆਂ ਸਾਨੂੰ ਵੀ ਪਤਾ ਤੁਹਾਡੇ ਬੱਚੇ ਕਿੱਥੇ ਪੜ੍ਹਦੇ ਆ ਸਾਨੂੰ ਇਹ ਪਤਾ ਵੀ ਤੁਸੀਂ ਕਿੱਥੇ ਫਿਰਦੇ ਹੋ ਤੇ ਤੁਸੀਂ ਇਹ ਵੀ ਦੇਖ ਲਓ ਵੀ ਤੁਸੀਂ ਸਾਨੂੰ ਕਰ ਵੀ ਕੁਛ ਨਹੀਂ ਸਕਦੇ ਅੱਛਾ ਮਤਲਬ ਇੰਨੇ ਹੌਸਲੇ ਵਧੇ ਇੱਕ ਥਾਣੇਦਾਰ ਨੂੰ ਚੈਲੰਜ ਪਰ ਮੈਂ ਆਪਦੀ ਕਾਰਵਾਈ ਜਾਰੀ ਰੱਖੀ ਉਹਦਾ ਰਿਜ਼ਲਟ ਕੀ ਨਿਕਲਿਆ 12/8/2012 ਨੂੰ ਸੁਬਾ ਪਹਿਲਾਂ ਤਾਂ ਉਹਨਾਂ ਨੂੰ ਇਹ ਭੁਲੇਖਾ ਲੱਗਿਆ ਵੀ ਮੇਰਾ ਨਾਕਾ ਲੱਗਾ ਉੱਥੇ ਉਹਨਾਂ ਨੇ ਨਾਕੇ ਦੇ ਵਿੱਚ ਮੈਨੂੰ ਸਮਝ ਕੇ ਹੋਰ ਥਾਣੇਦਾਰ ਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਅੱਛਾ ਚਲੋ ਉੱਥੋਂ ਹੀ ਉਹ ਪੁਲਿਸ ਪਾਰਟੀ ਵੀ ਮਗਰ ਲੱਗ ਪਈ ਤੇ ਉਸ ਤੋਂ ਬਾਅਦ ਸਾਡੀ ਕੋਈ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਉੱਥੇ ਨੁਕਸਾਨ ਨਹੀਂ ਕੋਈ ਹੋਇਆ ਜਦੋਂ ਉਹਨਾਂ ਨੂੰ ਕੋਈ ਬੰਦਾ ਸੀਗਾ ਜਿਹੜਾ ਵਿੱਚੋਂ ਹੋ ਸਕਦਾ ਕੋਈ ਸਾਡਾ ਹੀ ਹੋਵੇ ਜਿਹੜਾ ਸਾਰਾ ਉਹਨਾਂ ਨੂੰ ਦੱਸ ਰਿਹਾ ਸੀ ਮੁਖਬਰ ਹੋਊਗਾ ਹਾਂਜੀ ਉਹਨਾਂ ਨੂੰ ਇਹ ਵੀ ਪਤਾ ਸੀ ਵੀ ਮੈਂ ਬੱਚੇ ਆਪਦਿਆਂ ਨੂੰ ਵੈਨ ਤੇ ਚੜਾਉਣਾ ਕਿਉਂਕਿ ਥੋੜਾ ਜਿਹਾ ਮੈਂ ਵੀ ਅਲਰਟ ਸੀਗਾ ਬਿਲਕੁਲ ਤੇ ਮੇਰੇ ਘਰੇ ਆ ਕੇ ਉਹਨਾਂ ਨੇ ਮੇਰੇ ਤੇ ਡਾਇਰੈਕਟ ਫਾਇਰਿੰਗ ਕੀਤੀ ਸਿੱਧੀ ਓਕੇ ਠੀਕ ਹੈ ਜੀ ਜਿਹਦੇ ਚ ਮੇਰੀ ਬੇਟੀ ਉੱਥੇ ਗੰਦੇ ਨਾਲੇ ਦੇ ਵਿੱਚੋਂ SHO ਜੀਰਾ ਨੂੰ ਲੱਭੀ ਜਦੋਂ ਅਸੀਂ ਉਹ ਬੰਦੇ ਫੜੇ ਫੜਨ ਦੀ ਕੋਸ਼ਿਸ਼ ਕੀਤੀ ਜਦੋਂ ਉਹਨਾਂ ਦਾ ਹੀ ਅੱਛਾ ਕੀਤਾ ਮਗਰੋਂ ਫੋਰਸ ਵੀ ਸਾਡੀ ਆ ਗਈ ਮੈਂ ਉਦੋਂ ਘਰੇ ਇਕੱਲਾ ਸੀ ਪਰ ਸਾਡੀ ਪਿੱਛੇ ਨਾਕੇ ਤੋਂ ਉਹਨਾਂ ਨੂੰ ਲੱਗਿਆ ਵੀ ਹੁਣ ਤੁਹਾਡੇ ਤੇ ਬੈਠਾ ਹੈ ਉਹ ਥੋੜਾ ਜਿਹਾ ਪਿੱਛੇ ਦੌਲਤਪੁਰਾ ਪਿੰਡ ਪੈਂਦਾ ਉਹ ਕਿਤੇ ਉੱਥੇ ਕਿਸੇ ਮਾੜਾ ਜੋੜ ਜਗੇ 5 ਮਿੰਟ ਦਾ ਹੀ ਫਰਕ ਰਹਿ ਗਿਆ ਹੌਸਲਾ ਦੇਖੋ ਉਹਨਾਂ ਨੂੰ ਪਤਾ ਵੀ ਗੱਡੀ ਉਹੀ ਸੀ ਜਿਹੜੇ ਉਹੀ 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 ਬੰਦੇ ਉਹੀ ਆ ਗਏ ਹੌਸਲਾ ਦੇਖੋ ਵੀ ਉਹਨਾਂ ਨੂੰ ਵੀ ਪਤਾ ਲੱਗ ਗਿਆ ਵੀ ਸਦਰ ਮੋਗੇ ਦੀ ਪੁਲਿਸ ਮਗਰ ਲੱਗ ਗਈ ਆ ਪਰ ਉਹਨਾਂ ਨੂੰ ਮੇਰੇ ਘਰ ਦਾ ਪਤਾ ਸੀ ਇੰਨੀ ਦਲੇਰੀ ਦੇ ਨਾਲ ਆ ਕੇ ਫਿਰ ਵੀ ਮੇਰੇ ਤੇ ਫਾਇਰਿੰਗ ਕਰ ਗਏ ਲਲਕਾਰ ਕੇ ਕਰਕੇ ਗਏ ਜਦੋਂ ਬਾਈ ਜੀ ਅਸੀਂ ਉਹਨਾਂ ਨੂੰ ਫਿਰ ਫੜਨ ਦੀ ਕੋਸ਼ਿਸ਼ ਕੀਤੀ ਬੰਦੇ ਕਿੱਥੇ ਸੀ ਉਹ ਇੱਕ ਮਿਨਿਸਟਰ ਦੇ ਘਰੇ ਨਾਮ ਦੱਸ ਸਕਦੇ ਹੋ ਮੇਜਰ ਸਿੰਘ ਸੇਖ ਅੱਛਾ ਮਤਲਬ ਤੁਹਾਡੇ ਤੇ ਫਾਇਰਿੰਗ ਕਰਕੇ ਉਹ ਸੇਖੋਂ ਦੇ ਘਰੇ ਚਲੇ ਗਏ ਜਨਮੇਜੇ ਦੇ ਉਹ ਵੀ ਜਦੋਂ ਮੈਂ ਫਾਇਰਿੰਗ ਕੀਤੀ ਅੱਗੋਂ ਉਹਨਾਂ ਦੇ ਰੇਡੀਏਟਰ ਦੇ ਵਿੱਚ ਫਾਇਰ ਲੱਗ ਗਿਆ ਠੀਕ ਹੈ ਜੀ ਉਹ ਗੱਡੀ ਉਹਨਾਂ ਦੀ ਮਤਲਬ ਉੱਥੇ ਬੰਦ ਹੋ ਗਈ ਜੀਰੇ ਦੇ ਕੋਲੇ ਜਾ ਕੇ ਗੱਡੀ ਸਾਡੀ ਅਸੀਂ ਫੜ ਲਈ ਗੱਡੀ ਤੋਂ ਬੰਦੇ ਪਤਾ ਲੱਗ ਹੀ ਗਿਆ ਸਾਨੂੰ ਆਟੋਮੈਟਿਕਲੀ ਪਹਿਲਾਂ ਪਤਾ ਹੀ ਸੀਗਾ ਤਲਵੰਡੀ ਭਾਈ ਏਰੀਏ ਦੇ ਸੀ ਕੁਛ ਮੱਲਾਂ ਵਾਲੇ ਏਰੀਏ ਦੇ ਮੁੰਡੇ ਸੀ ਠੀਕ ਹੈ ਫਿਰ ਵੀ ਮੇਰੇ ਤੇ ਇੰਨਾ ਪ੍ਰੈਸ਼ਰ ਪਰਚਾ ਨਹੀਂ ਸੀ ਦਰਜ ਹੋਣ ਦਿੰਦੇ ਫਿਰ ਕਾਫੀ ਸਾਡੇ ਪਿੰਡ ਦੇ ਲੋਕਾਂ ਨੇ ਬਹੁਤ ਰੌਲਾ ਪਾਇਆ ਹੋਰ ਜਿਹੜੇ ਮੇਰੇ ਲੋਕ ਮੈਨੂੰ ਚੰਗੇ ਲੋਕ ਜਿਹੜੇ ਜਿਹਨਾਂ ਨੂੰ ਪਤਾ ਸੀਗਾ ਮੇਰੀ ਵਰਕਿੰਗ ਦਾ ਉਹ ਮੇਰੀ ਪਿੱਠ ਦੇ ਖੜੇ ਹੋਏ ਚਲੋ ਪਰਚਾ ਹੋਇਆ ਤੁਹਾਡੇ ਸਾਹਮਣੇ ਆ ਜੀ ਮਹਿਕਮਾ ਨਾਲ ਨਹੀਂ ਖੜਾ ਤੁਹਾਡੇ ਪਹਿਲਾਂ ਨਹੀਂ ਸੀ ਖੜਾ ਫਿਰ ਖੜਨਾ ਪਿਆ ਪਹਿਲਾਂ ਸਮਝੌਤਾ ਗਰਾਊਂਡ ਤੇ ਹੋ ਗਏ ਵੀ ਛੱਡੋ ਕੀ ਲੈਣਾ ਅੱਗੇ ਬਥੇਰੇ ਪੰਗੇ ਆ ਅੱਗੇ ਮੇਰਾ ਪਾਸਪੋਰਟ ਸਕੈਂਡਲ ਦਾ ਕਰਕੇ ਵੀ ਕਾਫੀ ਦੁਸ਼ਮਣ ਮੇਰੇ ਪਹਿਲਾਂ ਵੀ ਖੜੇ ਹੋਏ ਸੀ ਉਹ ਵੀ ਤੁਸੀਂ ਬੜਾ ਤਗੜਾ ਨੰਗਾ ਕੀਤਾ ਸਕੈਂਡਲ ਇੱਕ ਹਾਂਜੀ ਹਾਂਜੀ ਚਲੋ ਜੀ ਫਿਰ ਉਸ ਤੋਂ ਬਾਅਦ ਪਰਚਾ ਦਰਜ ਹੋ ਗਿਆ ਬੰਦੇ ਅਰੈਸਟ ਵੀ ਹੋਏ ਉਹਦੇ ਚੋਂ ਬੰਦੇ ਬੇਗਨਾਹ ਕੀਤੇ ਚਲ ਜਿਹੜੇ ਅਰੈਸਟ ਹੋ ਗਏ ਉਹ ਸਜ਼ਾ ਹੋ ਗਈ ਇੱਥੋਂ ਤੱਕ ਇਹਨਾਂ ਲੋਕਾਂ ਦੇ ਹੌਸਲੇ ਬੁਲੰਦਾ ਆਮ ਪਬਲਿਕ ਦੀ ਆਪਾਂ ਗੱਲ ਕਰਦੇ ਹਾਂ ਵੀ ਲੋਕ ਕੁਛ ਨਹੀਂ ਕਰਦੇ ਲੋਕ ਕੀ ਕਰਦੇ ਇੱਕ ਬਤੌਰ ਡਿਊਟੀ ਸਾਡੇ ਕੋਲੇ ਬਾਈ ਜੀ ਅਸਲਾ ਸਾਡੇ ਕੋਲੇ ਵਰਦੀ ਸਾਡੇ ਪਿੱਛੇ ਸਾਡੇ ਇੱਕ ਪੁਲਿਸ ਫੋਰਸ ਦਾ ਇੱਕ ਸਾਡੀ ਬੈਕ ਤੇ ਖੜੇ ਨੇ ਤੇ ਫਿਰ ਵੀ ਇੱਥੋਂ ਤੱਕ ਜਾ ਸਕਦੇ ਆ ਆਮ ਬੰਦਾ ਕਿੱਥੋਂ ਇਹਨਾਂ ਨੂੰ ਪੰਗਾ ਲੈ ਲੂਗਾ ਕਿੱਥੋਂ ਕਰ ਲੂਗਾ ਕਿੱਥੋਂ ਪੰਗਾ ਲੈ ਲੂਗਾ ਤਾਂ ਜਦੋਂ ਉਹ ਤਾਂ ਫਿਰ ਪਰਿਵਾਰ ਹੀ ਖਤਮ ਕਰਾਊਗਾ ਬਿਲਕੁਲ ਅੱਛਾ ਚਲੋ ਉਸ ਤੋਂ ਬਾਅਦ ਮੈਂ ਲੱਗ ਜਾਂਦਾ ਜੀ CIA ਮੁੱਗੇ ਉੱਥੇ ਸਾਡੇ ਇੱਥੇ ਕਪੂਰਥਲੇ 'ਚ ਪਿੰਡ ਇੱਕ ਪੈਂਦਾ ਬੂਟਾ ਉਹ ਵੀ ਉੱਥੇ ਰਾਏ ਸਿੱਖ ਬਰਾਦਰੀ ਉੱਥੇ ਕਿਉਂਕਿ ਜਿਹੜੇ ਸਮਗਲਰ ਲੋਕ ਹੁੰਦੇ ਇਹਨਾਂ ਦੀ ਆਪਸ ਵਿੱਚ ਹੀ ਰਿਸ਼ਤੇਦਾਰੀਆਂ ਵੀ ਆਪਸ ਵਿੱਚ ਹੀ ਜ਼ਿਆਦਾ ਹਾਂਜੀ ਹਾਂਜੀ ਜਿਵੇਂ ਹੁਣ ਦੋਲੇ ਵਾਲਾ ਪਿੰਡ ਹੈ ਦੋਲੇ ਵਾਲੇ ਦੀ ਲੜਕੀ ਦੋਲੇ ਵਾਲੇ 'ਚ ਵਿਆਹੁੰਦੇ ਉਹ ਠੀਕ ਹੈ ਜੀ ਬਾਹਰ ਨਹੀਂ ਨਾ ਕੋਈ ਬਾਹਰ ਦਾ ਛੇਤੀ ਕੀਤੇ ਉਹਨਾਂ ਦਾ ਰਿਸ਼ਤਾ ਲਵੇ ਤੇ ਨਾ ਹੀ ਕੋਈ ਬਾਹਰੋਂ ਉੱਥੇ ਮੁੰਡਾ ਆਉਂਦਾ ਵਿਆਹਵੇ ਉਹ ਉੱਥੇ ਹੀ ਆਪਦੇ ਆਪਸ ਵਿੱਚ ਹੀ ਕਰ ਲੈਂਦੇ ਆ ਠੀਕ ਹੈ ਇਵੇਂ ਜਿਵੇਂ ਉਹਨਾਂ ਨੇ ਹੋਰ ਜਿੱਥੇ ਉਹਨਾਂ ਦੀ ਬਰਾਦਰੀ ਬੈਠੀ ਆ ਉਹਨਾਂ ਨੇ ਜ਼ਿਆਦਾ ਉੱਥੋਂ ਦੀ ਕੁੜੀ ਲੈਣੀ ਆ ਤੇ ਆਪਦੀ ਕੁੜੀ ਦੇਣੀ ਆ ਉੱਥੇ ਜੀ ਹੁਣ ਆਹ ਇੱਕ FIR ਮੈਂ ਤੁਹਾਨੂੰ ਦਿਖਾ ਦਿੰਦਾ ਇਹਦੇ 'ਚ 4 ਕਿਲੋ ਦੀ ਰਿਕਵਰੀ ਇਹਦੇ 'ਚ ਤੇ 97,30,000 ਰੁਪਇਆ ਕੈਸ਼ ਇਹ 4 ਕਿਲੋ ਫੀਨ ਭੁੱਕੀ ਸੀ ਕੀ ਨਹੀਂ ਜੀ ਨਹੀਂ ਹੀਰੋਇਨ 4 ਕਿਲੋ ਹੀਰੋਇਨ ਕਿੰਨੇ ਕਿੰਨੇ ਇਹ ਆਪਾਂ ਸਕਰੀਨ ਤੇ ਵੱਡੀ ਦੇ ਵੀ ਦਿਖਾ ਦਾਂ ਇਹ ਕਿੰਨੇ ਕੁ ਕੁਆਂਟ ਉਹਦੀ ਹੋਏਗੀ ਇਹ ਦੋ ਮੁਕਦਮੇ ਵਰਥ ਰੇਟ ਦੇਖੀ ਹਾਂ ਤੁਸੀਂ ਦੇਖ ਲਓ ਵੀ 5 ਕਰੋੜ ਲਾਉਂਦੇ 1 ਕਿਲੋ ਦੀ
ਅੱਛਾ ਇਹ ਦੋ ਇਕੱਠੀਆਂ ਐਫ ਆਈ ਆਰ ਆ ਜੀ। ਓਕੇ ਓਕੇ 4 ਕਿਲੋ ਹੀ ਅਗਲੀ ਚ 8 ਕਿਲੋ ਹੋ ਗਏ ਟੋਟਲ ਫਿਰ। ਠੀਕ ਹੈ ਜੀ, ਮਤਲਬ 8 ਕਰੋੜ ਦੀ ਮੰਨ ਲਓ। ਹਾਂ ਇਸ ਤੋਂ ਅੱਗੇ ਵੀ ਨਹੀਂ ਜੀ, ਉਸ 20 ਕਰੋੜ ਦੀ। ਅੱਛਾ 20 ਕਰੋੜ ਦੀ ਹੈ। 8 8 5 40 40 ਕਰੋੜ ਦੀ। ਓਕੇ ਠੀਕ ਹੈ ਜੀ। ਹੁਣ ਜਿਹੜੇ ਸਮਗਲਰ ਦੇ ਘਰੋਂ ਤੁਹਾਨੂੰ 97 ਲੱਖ ਦੀ ਕਰੋੜ ਹੀ ਹੋ ਗਿਆ ਰਿਕਵਰੀ ਹੁੰਦੀ ਹੈ, ਦੇਖ ਲਓ ਵੀ ਉਹ ਸਮਗਲਰ ਕਿੱਡਾ ਹੋਊਗਾ। ਇਹ ਪਰਚਾ ਹੈਗਾ 2015 ਦਾ, 7 ਸਾਲ ਪਹਿਲਾਂ। ਠੀਕ ਹੈ ਜੀ। ਇਹ ਸਾਨੂੰ ਕੁਛ ਇਨਪੁਟਸ ਮਿਲੀਆਂ ਦੋਲੇ ਵਾਲੇ ਪਿੰਡ ਦੇ ਦੋ ਮੇਨ ਬੰਦੇ ਸੀਗੇ, ਇੱਕ ਤਾਂ ਉੱਥੋਂ ਦਾ ਮੌਜੂਦਾ ਸਰਪੰਚ, ਇੱਕ ਨਾ ਉੱਥੇ ਡੇਰਾ ਹੈ ਬਹੁਤ ਵੱਡਾ ਬਾਬਾ ਝੁੱਗੀ ਵਾਲਾ। ਠੀਕ ਹੈ। ਉਸ ਡੇਰੇ ਦੇ ਉੱਤੇ ਰਾਏ ਸਿੱਖ ਬਰਾਦਰੀ ਦੀ ਬਹੁਤ ਵੱਡੀ ਆਸਥਾ। ਠੀਕ ਹੈ। ਰਾਏ ਸਿੱਖ ਬਰਾਦਰੀ ਦੀ ਹੋਂਦ ਕਿੱਥੇ ਜ਼ਿਆਦਾ, ਜਿਵੇਂ ਸਾਡਾ ਧਰਮਕੋਟ ਏਰੀਆ ਪਲੱਸ ਮਖੂ ਦਾ ਏਰੀਆ, ਜਲਾਲਾਬਾਦ ਫਿਰੋਜ਼ਪੁਰ ਦਾ ਉੱਧਰ ਉਸ ਏਰੀਏ ਦੇ ਵਿੱਚ ਗੜ੍ਹ ਨਹੀਂ ਏਰੀਏ, ਇਵੇਂ ਕਪੂਰਥਲੇ ਦੇ ਜਿਹੜੇ ਏਰੀਏ ਤੁਹਾਨੂੰ ਦੱਸਿਆ, ਉੱਥੇ ਰਾਏ ਸਿੱਖ ਬਰਾਦਰੀ ਦੀ ਬਹੁਤ ਵੱਡੀ। ਅੱਛਾ, ਬਾਬਾ ਜਿਹੜਾ ਸੀ ਰਾਏ ਸਿੰਘ ਬਰਾਦਰੀ ਨੂੰ ਹੀ ਬਿਲੋਂਗ ਕਰਦਾ, ਕਿਉਂਕਿ ਉਹਨਾਂ ਉੱਥੇ ਇਹਨਾਂ ਦੀ ਸ਼ਰਧਾ ਬਹੁਤ ਇਸ ਬਰਾਦਰੀ ਦੀ ਉਸ ਡੇਰੇ ਦੇ। ਉਹਨਾਂ ਨੂੰ ਵਿਚਾਰਿਆਂ ਨੂੰ ਕੀ ਪਤਾ, ਉਹਨਾਂ ਲੋਕਾਂ ਦਾ ਨਹੀਂ ਇੱਥੇ, ਲੋਕ ਤਾਂ ਇੱਕ ਉਹ ਮਤਲਬ ਹੁਣ ਉਹ ਤੇ ਸ਼ਰਧਾ ਲੀਡਰਾਂ ਦਾ ਵੋਟ ਬੈਂਕ ਹੈ। ਬਿਲਕੁਲ, ਕਿਉਂਕਿ ਧਾਰਮਿਕ ਆਗੂ ਹੈ ਉਹਦੀ ਗੱਲ ਆਟੋਮੈਟਿਕਲੀ ਬਰਾਦਰੀ ਦੀ ਮੰਨੀ ਜਾਂਦੀ। ਬਿਲਕੁਲ ਜੀ। ਉਹਦਾ ਜਵਾਈ ਪੱਟੀ ਪੁਲਿਸ ਨੇ ਗ੍ਰਿਫਤਾਰ ਕੀਤਾ, ਇਹ ਸਮੈਕ ਦੀ ਹੀਰੋਇਨ ਦੀ ਇੱਕ ਦਿਨ ਪਹਿਲਾਂ। ਉੱਥੇ ਵੀ ਉਹਨੇ ਕਾਫੀ ਮੁਸ਼ਕਲ ਨਾਲ ਫੜਿਆ, ਨਾਕਾ ਨੂਕਾ ਤੋੜਤਾ ਸੀ, ਉਹਨੇ ਗੱਡੀ ਗੁੱਡੀ ਚੜਾ ਦੀ ਸੀ। ਜਿਹੜੇ ਕੋਈ ਬੰਦੇ ਵੀ ਮਰੇ ਸੀ ਉੱਥੇ, ਮੇਰਾ ਖਿਆਲ ਪੁਲਿਸ ਵਾਲੇ ਮਰ ਗਏ ਸੀ ਸ਼ਾਇਦ। ਨਹੀਂ, ਆਮ ਰਾਹਗੀਰ ਸੀ, ਉਹ ਆਮ ਮੁੰਡੇ ਸੀ, ਰਾਹਗੀਰ ਸੀ। ਅੱਛਾ, ਰਾਹਗੀਰ ਸੀ ਜਿਹੜੇ, ਉਹ ਤਾਂ ਉਹਨਾਂ ਨੇ ਰੈਸਟ ਕਰ ਲਿਆ ਨਾ ਉੱਥੇ ਪੱਟੀ, ਉਹ ਤਾਂ ਚਲੋ ਉਹਦਾ ਬਾਬੇ ਦਾ ਜਵਾਈ ਸੀ ਹੋ ਸਕਾ, ਰੀਅਲ ਜਵਾਈ। ਉਹ ਜਦੋਂ ਉੱਥੇ ਫੜਿਆ ਜਾਂਦਾ ਖੇਪ ਆਈ ਸੀ ਬਹੁਤ ਵੱਡੀ, ਜਿਹਦੇ ਚੋਂ 8 ਕਿਲੋ ਤੇ ਆ। ਠੀਕ ਹੈ। ਉਸ ਵੇਲੇ ਮੇਰੇ ਖਿਆਲ 27-28 ਕਿਲੋ ਦੀ ਖੇਪ ਸੀ। ਉਸ ਤੋਂ ਬਾਅਦ ਜਿਹੜੀ ਅਗਲੀ ਖੇਪ ਆ ਉਹ ਦੋਲੇ ਵਾਲੇ ਦਾ ਸਰਪੰਚ, ਉਹ ਆਹ ਜਿਹੜੀ ਹੈ ਜਿਹੜੀ ਆਹ ਰਿਕਵਰੀ ਹੈ ਇਹ ਦੋਲੇ ਵਾਲੇ ਦਾ ਸਰਪੰਚ ਉੱਥੋਂ ਲੈ ਕੇ ਆ ਰਿਹਾ। ਠੀਕ ਹੈ ਜੀ। ਜਦੋਂ ਸਾਨੂੰ ਪਤਾ ਲੱਗਿਆ ਸਾਡੇ ਜ਼ਿਲ੍ਹੇ ਦੇ ਵਿੱਚ ਜਥੇਦਾਰ ਤੋਤਾ ਸਿੰਘ ਜੀ ਉੱਥੋਂ MLA ਸੀ, ਪੰਜਾਬ ਦੇ ਕੈਬਨਿਟ ਮੰਤਰੀ ਸੀ, ਕਾਫੀ ਉਹਨਾਂ ਦਾ ਹੋਲਡ ਵੀ ਸੀਗਾ ਸਰਕਾਰ 'ਚ, ਅਤੇ ਜਿਹੜਾ ਸਰਪੰਚ ਸੀਗਾ ਉਹ ਅਕਾਲੀ ਦਲ ਦਾ ਮੇਨ ਸੀਗਾ ਜਥੇਦਾਰ, ਜਿਹੜਾ ਜਿਹਦੇ ਘਰੋਂ ਇਹ ਫੜੀ ਜਾਂਦੀ ਹੈ। ਚਲੋ ਸਰਪੰਚ ਵੀ ਮੋਗੇ 'ਤੇ ਤਾਂ ਨਹੀਂ ਕਾਬੂ ਆਉਂਦਾ ਸੀ, ਉਹ ਮੋਗਾ ਪੁਲਿਸ ਦੀ ਤਾਂ ਹਿੰਮਤ ਨਹੀਂ ਸੀ ਉਹਨੂੰ ਫੜ ਲਈ, ਕਿਉਂਕਿ ਤੋਤੇ ਹੋਣੀ ਬੈਠੇ। ਹਾਂ, ਉੱਥੇ ਫਿਰ ਅਸੀਂ ਕੁਛ ਇਨਫੋਰਮੇਸ਼ਨ SSP ਸਾਹਿਬ ਫਿਰੋਜ਼ਪੁਰ ਨਾਲ ਸ਼ੇਅਰ ਕੀਤੀ ਉਹਨਾਂ ਨਾਲ, ਉੱਥੇ ਸਾਡੇ ਹਰਦਿਆਲ ਸਿੰਘ ਮਾਨ। ਠੀਕ ਹੈ। ਉਹ ਸਰਪੰਚ ਨੂੰ ਜਦੋਂ ਮਤਲਬ ਫੜਨ ਲੱਗੇ ਨਾ ਹਰੀ ਕਹਿੰਦੇ ਨੇੜੇ, ਪਹਿਲਾਂ ਟਰੈਪ ਲਾਇਆ, ਫਿਰ ਅੱਗੇ ਜਿਵੇਂ ਸਾਡਾ ਲੱਗਾ ਸੀਗਾ ਹੱਥ ਸਾਡੀ ਤੇ, ਤੁਸੀਂ ਵੀ ਉੱਧਰ ਹੀ ਚਲੇ ਗਏ, ਜਦੋਂ ਜੇ ਉੱਥੋਂ ਭੱਜੂਗਾ ਅਗਲਾ ਟਰੈਪ ਮਖੂ ਵਾਲੇ ਕਰਨਗੇ, ਉਦੋਂ ਅੱਗੇ ਅਸੀਂ ਸੀਗੇ, ਸਾਡੇ ਮੋਗੇ ਅਸੀਂ ਲਾਇਆ ਹੋਇਆ ਸੀ। ਉਹ ਬੰਦੇ ਨੇ ਜੀ ਉੱਥੇ ਸਿੱਧੀ ਗੱਡੀ ਦੋ ਮੋਟਰਸਾਈਕਲਾਂ ਦੇ ਉੱਤੇ ਚੜਾਤੀ, ਜਿਹ 'ਚ ਮੈਂ ਕਿਹਾ 3 ਮੁੰਡੇ ਮਰ ਗਏ ਸੀ ਉੱਥੇ, ਉਹਨੂੰ ਅਰੈਸਟ ਕਾਬੂ ਕਰ ਲਏ। ਪਰ ਫਿਰ ਵੀ ਉਹਨਾਂ ਆਪਣੇ ਬਚਾਅ ਵਾਸਤੇ ਦੇਖਿਆ ਨਹੀਂ ਵੀ ਅੱਗੇ ਕੌਣ ਆ ਰਿਹਾ, ਇਹਨਾਂ ਦਾ ਤਰੀਕਾ ਹੁੰਦਾ ਨਾ ਵੀ ਇਹ ਕੰਮ ਕਰ ਦਿਓ ਵੀ ਪੁਲਿਸ ਉਧਰ ਰੁੱਲ ਜੂਗੀ, ਉਹਨਾਂ ਨੂੰ ਮੁੰਡੇ ਮੁੰਡੀ ਲਾਸ਼ਾਂ ਚੁੱਕਣ ਲੱਗ ਜਾਓ, ਇਹ ਬੰਦਾ ਭੱਜ ਜੂਗਾ। ਉੱਥੋਂ ਭੱਜ ਗਿਆ ਸੀ ਉਹ। ਅੱਛਾ, ਇਹ ਤਾਂ ਫਿਰ ਮਖੂ ਆ ਕੇ ਜਿਹੜਾ ਉੱਥੇ ਅਗਲਾ ਟਰੈਪ ਸੀਗਾ ਉਹਦੇ ਤੇ ਕਾਬੂ ਆ ਗਿਆ, ਕਿਉਂਕਿ ਗੱਡੀ ਐਕਸੀਡੈਂਟ ਹੋਣ ਕਰਕੇ ਥੋੜੀ ਬਹੁਤੀ ਡੈਮੇਜ ਹੋ ਗਈ। ਜਦੋਂ ਇਹ ਬੰਦਾ ਫੜਿਆ ਫੜਨ ਤੋਂ ਬਾਅਦ ਇਹਦੇ ਉੱਤੇ ਆ ਮਖੂ ਪਰਚਾ ਦਰਜ ਹੋਇਆ, ਇਹਦੇ ਘਰੋਂ 27-28 ਲੱਖ ਰੁਪਈਆ ਇਹਦੇ ਘਰੋਂ ਮਿਲ ਗਿਆ ਸੀ, ਜਿਹੜਾ ਕਿ ਇਹ ਸੌਦੇਬਾਜ਼ੀਆਂ ਦਾ ਇਹ ਕਿਆ ਕਰਦਾ ਹੁੰਦਾ ਸੀ ਸਾਰਾ। ਸਾਰੇ ਅਫਸਰ, ਹੁਣ ਮੈਂ ਤੁਹਾਨੂੰ ਇਹੀ ਕਹਿੰਦਾ ਸਾਰੇ ਅਫਸਰ ਵੀ ਉਹ ਜਿਹੇ ਨਹੀਂ ਹੁੰਦੇ, ਸਾਰੇ ਚੰਗੇ ਵੀ ਹੁੰਦੇ। ਠੀਕ ਹੈ ਜੀ, ਚੰਗਿਆਂ ਦੇ ਕਰਕੇ ਕਾਬੂ ਆਇਆ ਨਾ। ਬਿਲਕੁਲ ਬਿਲਕੁਲ। ਠੀਕ ਹੈ, ਚਾਹੇ ਉਹ ਮੋਗੇ ਦੇ ਸੀ ਚਾਹੇ ਫਿਰੋਜ਼ਪੁਰ ਦੇ ਸੀ, ਹਰਦਿਆਲ ਨੇ ਵਧੀਆ। ਠੀਕ ਹੈ ਜੀ, ਇਨੀਸ਼ੀਏਟਿਵ ਲਿਆ। ਉਸ ਤੋਂ ਬਾਅਦ ਜਿਹੜੀ ਅਗਲਾ ਸਟੈਪ ਆਉਂਦਾ ਫਿਰ ਉਹ ਆਉਂਦਾ ਉਸ ਬਾਬੇ ਦਾ, ਜਿਹਦਾ ਜਵਾਈ ਪਹਿਲਾਂ ਪੱਟੀ ਪੁਲਿਸ ਪੱਟੀ ਫੜਿਆ ਗਿਆ। ਠੀਕ ਹੈ ਜੀ। ਉਹ ਬਾਬੇ ਦਾ ਜਦੋਂ ਦੌਲੇ ਵਾਲਾ ਪਿੰਡ ਸਾਰਾ ਸੀਲ ਕਰ ਲਿਆ, ਤਲਾਸ਼ੀ ਹੋ ਗਈ ਘਰ ਘਰ ਦੀ ਸ਼ੁਰੂ। ਠੀਕ ਹੈ, ਸਾਰੇ ਪਿੰਡ ਦੀ ਤਲਾਸ਼ੀ ਲਈ, ਸਾਰੇ ਪਿੰਡ ਦੀ, ਬਾਬੇ ਦੀ ਵੀ ਹੋ ਗਈ। ਬਾਬੇ ਦੇ ਡੇਰੇ ਦੇ ਵਿੱਚੋਂ ਨਿਕਲਿਆ ਸਮਾਨ, ਕਿੰਨਾ ਕੁ ਨਿਕਲਿਆ, ਕਾਫੀ ਸੀ। ਚਲੋ ਅਫਸਰਾਂ ਦਾ ਉਸ ਵੇਲੇ ਉਹਨਾਂ ਨੂੰ ਕੌਣ ਫਿਗਰ ਨਹੀਂ ਦੱਸ ਸਕਦੇ, ਨਹੀਂ ਦੱਸ ਸਕਦੇ ਕਿਉਂਕਿ ਉਹ ਫਿਰ ਆਈ ਨਹੀਂ ਨਾ, ਪ੍ਰਾਈਵੇਟ ਚੀਜ਼ਾਂ ਵੀ, ਹੁਣ ਉਹ ਆਈ ਤਾਂ ਹੈ ਨਹੀਂ, ਉਸ ਕੰਫੀਡੈਂਸ਼ੀਅਲ ਚੀਜ਼ਾਂ ਵੀ ਹੁੰਦੀਆਂ ਨੇ। ਹਾਂਜੀ। ਫਿਰ ਜਥੇਦਾਰ ਜੀ ਨੇ ਛਡਾਉਣ ਦਾ ਪ੍ਰੈਸ਼ਰਾਈਜ਼ ਸ਼ੁਰੂ ਹੋ ਗਿਆ, ਤੋਤੇ ਹੋਣਾ ਨੇ ਤੋਤਾ ਸਿੰਘ ਨਹੀਂ ਮੰਨੇ ਅਫਸਰ, ਕਿਵੇਂ ਛੱਡ ਦਗੀ। ਅੱਛਾ, ਇਹ ਹਰਦਿਆਲ ਮਾਨ ਹੋਣਾ ਤੇ ਪ੍ਰੈਸ਼ਰ ਪਾਇਆ ਉਹਨਾਂ ਨੇ, ਡੀਆਈ ਸਾਹਿਬ ਸੀ ਉਸ, ਨਹੀਂ ਹਰਦਿਆਲ ਸਿੰਘ ਮਾਨ ਤੋਂ ਉੱਪਰ ਜਿਹੜੇ DIG ਸੀ ਉਹਨਾਂ ਨੇ, ਉਹਨਾਂ ਨੇ ਪਿੰਡ ਸੀਲ ਕੀਤਾ ਸੀ ਉਹਨਾਂ ਦੀ ਹਾਜ਼ਰੀ 'ਚ। ਓਕੇ ਓਕੇ ਓਕੇ। ਅੱਛਾ, ਖੁਦ ਮੌਕੇ ਪ੍ਰੈਜੈਂਟ ਸੀ, ਤੋਤੇ ਹੋਣੀ ਫੋਨ ਕਰ ਰਹੇ ਸੀ, ਦੋ ਜ਼ਿਲ੍ਹਿਆਂ ਦੀ ਪੁਲਿਸ ਉੱਥੇ ਲੱਗੀ ਹੋਈ ਸੀ। ਠੀਕ ਹੈ। ਜਦੋਂ ਫਿਰ ਜਥੇਦਾਰ ਤੋਤਾ ਸਿੰਘ ਦੀ ਤਾਂ ਫਿਰ ਨਹੀਂ ਸੁਣੀ, ਚਲੋ DIG ਸੀਗਾ ਉਹ ਕਹਿੰਦਾ ਵੀ ਨਹੀਂ, ਤੋਂ ਪਹਿਲਾਂ ਮੈਟਰ ਖੁੱਲਿਆ ਪਿਆ ਸੀ ਸਾਰਾ, ਸਰਪੰਚ ਉਸ ਪਿੰਡ ਦਾ ਪੁਲਿਸ ਹਰਾਸ ਸੀਗਾ। ਫਿਰ CM ਹਾਊਸ ਦੇ ਦਖਲ ਦੇ ਉੱਤੇ ਉਹ ਬਾਬਾ ਛੱਡਿਆ ਜਾਂਦਾ। CM ਹਾਊਸ 'ਚ ਕੌਣ, ਕੋਈ OSD ਸੀ ਜਾਂ ਸਿੱਧਾ ਕੋਈ? ਉਹ CM ਦੀ ਨੌਲੇਜ 'ਚ ਹੀ ਹੋਊਗਾ ਜੀ ਵਿਕਾਸ ਸਿੰਘ, ਕਿਉਂਕਿ ਉਦੋਂ ਪਹਿਲਾਂ ਇੱਕ ਉੱਥੇ ਲਿਖ ਲੁਖ ਕੇ ਲਾਤਾ ਸੀਗਾ ਵੀ ਪੰਜਾਬ ਦਾ ਮਾੜਾ ਪਿੰਡ, ਜੇ ਉਹ ਕਾਫੀ ਕੁਛ ਹੋਇਆ ਸੀ। ਅੱਛਾ,
ਬਹੁਤ ਬਦਨਾਮ ਪਿੰਡ ਹੈ ਜੀ ਪੰਜਾਬ ਦੇ ਵਿੱਚ। ਹੁਣ ਜੇਕਰ ਉੱਧਰੋਂ ਬਾਬਾ ਫੜਿਆ ਜਾਂਦਾ ਨਾ, ਬਾਬੇ ਦੇ ਉੱਤੇ ਕਾਰਵਾਈ ਹੋ ਜਾਂਦੀ, ਤੇ ਮੇਰਾ ਖਿਆਲ ਹੈ ਵੀ ਚਾਰ ਜ਼ਿਲ੍ਹਿਆਂ ਦੇ ਵਿੱਚੋਂ ਨਸ਼ਾ ਖਤਮ ਹੋ ਜਾਏ, ਕਿਉਂਕਿ ਮੇਨ ਸੀ ਉਹ। ਤੇ ਉਹ ਫਿਰ ਬਾਦਲ ਸਾਹਿਬ ਦੀ ਕਿਰਪਾ ਵਰਸੀ ਵਰਸੀ ਜੀ। ਫਿਰ ਉੱਥੇ ਕੀ ਕਰੋਗੇ ਜੀ ਤੁਸੀਂ? ਹੁਣ ਤੁਸੀਂ ਨਸ਼ਾ ਖਤਮ ਕਰਨ ਦੀਆਂ ਗੱਲਾਂ ਕਰਦੇ, ਹੁਣ ਤਾਂ ਇਹ ਕਹਿੰਦੇ ਨੇ ਵੀ ਉਹਦਾ ਕੱਖ ਨਾ ਰਵੇ ਜਾਂ ਅਸੀਂ ਕੋਈ ਨਸ਼ਾ ਨਹੀਂ ਵੇਚਦੇ, ਤੇ ਆਹ ਹੁਣ ਤੁਹਾਡੇ ਸਾਹਮਣੇ ਹੀ ਆ, ਨਾਲੇ ਐਫਆਈਆਰਾਂ ਦਰਜ ਹੋਈਆਂ ਨੇ। ਮੈਂ ਕਹਿੰਦਾ ਵੀ ਅੱਜ ਵੀ ਮੈਂ ਸੀਐਮ ਸਾਹਿਬ ਨੂੰ ਬੇਨਤੀ ਕਰਦਾ ਕੁਛ ਵੀ ਨਾ ਕਰਨ, ਆ ਬੰਦੇ ਜੇਲ੍ਹ 'ਚ ਬੈਠੇ ਸਜ਼ਾ ਹੋਏ ਵੀ, ਹਾਂਜੀ ਹਾਂਜੀ ਠੀਕ ਹੈ ਜੀ, ਦੁਬਾਰਾ ਇਹਨਾਂ ਨੂੰ ਪ੍ਰੋਟੈਕਸ਼ਨ ਵਾਰੰਟ ਤੇ ਲੈ ਲੈਣ, ਕੁਛ ਕੁਛ ਕਰ ਲੈਣ, ਸਾਰਾ ਕੁਛ ਸਾਹਮਣੇ ਆਜੂਗਾ, ਕਰਦਾ ਨੀ ਨਾ ਕਿਸੇ ਨੇ। ਬਿਲਕੁਲ ਬਿਲਕੁਲ, ਕੈਪਟਨ ਸਰਕਾਰ ਵੇਲੇ ਵੀ ਪਹਿਲਾਂ ਤਾਂ ਰੌਲਾ ਪਾਉਂਦੇ ਸੀ ਸਾਰੇ ਵੀ ਇਹ ਕੇਸ ਦੁਆਰਾ ਖਿਲਾਵਾਂਗੇ ਜੀ, ਉਹ ਕਰਾਂਗੇ ਆਹ ਕਰਾਂਗੇ, ਕਿਸੇ ਨੇ ਕੱਖ ਨਹੀਂ ਕੀਤਾ। ਮੈਂ ਤਾਂ ਹੁਣ ਕਹਿੰਦਾ ਤੁਸੀਂ ਨਵੀਂ ਰਿਕਵਰੀ ਦੀ ਬਰਾਮਦਗੀ ਦੀ ਛੱਡੋ, ਆ ਜਿਹੜੇ ਪਹਿਲਾਂ ਹੋਈਆਂ ਨੇ ਪਿਛਲੇ, ਮੈਂ ਦੇ ਦਿੰਦਾ, ਮੈਂ ਹੈਵੀ ਰਿਕਵਰੀ ਜਿਹੜੀ ਕਮਰਸ਼ੀਅਲ ਰਿਕਵਰੀ ਦੀਆਂ ਕੁਛ ਦੇ ਦਿੰਦਾ ਅਫਸਰਾਂ ਨੂੰ, ਉਹੀ ਚੱਕ ਲੈਣ, ਸਾਰਾ ਕੁਛ ਨੰਗਾ ਹੋ ਜੂਗਾ ਜੀ, ਕਿਤੇ ਜਾਣ ਦੀ ਤਾਂ ਲੋੜ ਹੈ ਹੀ ਨਹੀਂ ਗੀ। ਜੇ ਤੁਹਾਨੂੰ ਸਰ ਜਿਵੇਂ ਇੰਨੇ ਲੱਖਾਂ ਲੱਖਾਂ ਰੁਪਏ ਇਹਨਾਂ ਦੇ ਘਰਾਂ ਚੋਂ ਫੜੇ ਜਾਂਦੇ, ਤੇ ਕਦੇ ਇਹਨਾਂ ਨੇ ਕਿਹਾ ਨੀ ਵੀ ਪੈਸੇ ਲੈ ਲਓ ਛੱਡ ਦੋ, ਲਾਲਚ ਵੀ ਆਇਆ ਹੋਵੇ ਮਨ ਚ ਕੋਈ ਪੈਸਾ ਆਈ ਇਹੋ ਜਿਹੀ ਚੀਜ਼ ਤਾਂ ਢੇਰੀਆਂ ਕਰਦੇ ਜੀ। ਮੈਂ ਤੁਹਾਨੂੰ ਦੱਸੀ ਸੀ ਆਊਟ ਆਫ, ਪਹਿਲਾਂ ਦੱਸ ਕੇ ਹਟਿਆ ਵੀ ਮੈਂ ਤਾਂ ਜ਼ਿੰਦਗੀ 'ਚ ਸੋਚਿਆ ਨਹੀਂ ਸੀ, ਕਹਿੰਦੇ ਹੁੰਦੇ ਸੀ ਵੀ ਇੰਨੇ ਇੰਨੇ ਪੈਸੇ ਲੈ ਲੈਂਦੇ ਯਾਰ, ਤੇ ਮੇਰਾ ਤਾਂ ਉਸ ਦਿਨ ਹੱਦ ਹੈਰਾਨੀ ਹੋ ਗਈ ਵੀ ਵਾਕਈ ਲੈ ਲੈਂਦੇ ਆ ਇੰਨੀ ਨਹੀਂ ਆਫਰ। ਜਦੋਂ ਇਹ ਫਸ ਜਾਂਦੇ ਆ ਉਹ ਤਾਂ ਇਹ ਬਹੁਤ ਕੁਛ ਢੇਰੀ ਕਰਨ ਤੱਕ ਜਾਂਦੇ ਆ। ਠੀਕ ਹੈ, ਇਸ ਕਰਕੇ ਮੈਂ ਵੇਖੋ ਚਿੰਤਾ ਇਸ ਚੀਜ਼ ਦੀ ਹੈ ਨਾ, ਚਿੰਤਾ ਤੁਸੀਂ ਇਹ ਨਾ ਸੋਚੋ ਵੀ ਜਿਹਨਾਂ ਲੋਕਾਂ ਦੇ ਉੱਤੇ ਤੁਸੀਂ ਭਰੋਸਾ ਕੀਤਾ ਵੀ ਸਾਡੇ ਬੱਚਿਆਂ ਨੂੰ ਬਚਾਉਣਗੇ, ਇਹ ਲੋਕਾਂ ਦੀ ਸਰਕਾਰ ਬਣਾਵਾਂਗੇ ਸਾਡੇ ਬੱਚਿਆਂ ਨੂੰ ਬਚਾਉਣਗੇ, ਪੁਲਿਸ ਦਾ ਕੀ ਹੈ, ਪੁਲਿਸ ਦੇ ਗਲ 'ਚ ਇੱਕ ਸਿੰਗਲ ਪਾਇਆ ਹੋਇਆ ਨੂੰ ਜਿੱਦਾਂ ਨੂੰ ਮਰਜ਼ੀ ਫੜ ਕੇ ਐਂ ਕਰ ਲੈਂਦੇ ਆ। ਬਦਨਾਮੀ ਹੁਣ ਮਹਿਕਮੇ ਦੀ ਹੋ ਗਈ, ਛਡਾਉਣ ਵਾਲਾ ਪਿੱਛੇ ਕੋਈ ਹੋਰ, ਹੁਣ ਇੱਥੇ ਦੱਸੋ ਵੀ ਕੋਈ ਬਾਬਾ ਬੋਰਡ ਕੀ ਕਰੂਗਾ ਜੀ। ਤੁਸੀਂ ਇੱਥੇ ਮੋਹਾਲੀ 'ਚ ਵੀ ਕੋਈ ਬੰਦੇ ਬੰਦੇ ਫੜੇ ਸੀ ਮੋਹਾਲੀ ਡਿਸਟ੍ਰਿਕਟ ਨਸ਼ਿਆਂ ਵਾਲੇ? ਉਹ ਪੀਓ ਸੀਗੇ ਜੀ, ਇਸੇ ਪਿੰਡ ਦੇ ਸੀਗੇ, 10-10 ਸਾਲ ਤੋਂ ਭਗੌੜੇ ਸੀਗੇ, ਉਹ ਲੁਧਿਆਣੇ ਤੋਂ ਕੁਛ ਅਰੈਸਟ ਕੀਤੇ ਸੀ ਇੱਕ ਦੋ ਇੱਥੇ। ਉਹ ਕਿਵੇਂ ਆ ਗਏ ਤੁਹਾਡੇ ਟ੍ਰੈਪ 'ਚ? ਉਹ ਇਸੇ ਤੋਂ ਜਦੋਂ ਸਾਰਾ ਇਹ ਸ਼ੁਰੂ ਕੀਤਾ ਜੀ, ਉਹ ਸੱਚੇ ਮਨ ਨਾਲ ਕੋਈ ਗੱਲ ਸ਼ੁਰੂ ਕਰ ਗਏ ਨਾ, ਲੋਕੀ ਕਹਿੰਦੇ ਆ ਵੀ ਪੁਲਿਸ ਤੱਕ ਹੱਥ ਕਾਨੂੰਨ ਦੇ ਹੱਥ ਕਹਿੰਦੇ ਲੰਬੇ ਹੁੰਦੇ ਆ, ਪੈ ਜਾਂਦੇ ਆ, ਕੋਈ ਗੱਲ ਨਹੀਂ ਜਦੋਂ ਅਸੀਂ ਉਸ ਰਾਹ ਤੇ ਤੁਰਦੇ ਆ ਨਾ, ਜੇ ਸਾਡੀ ਮਨ ਦੇ ਵਿੱਚ ਕੋਈ ਸ਼ੱਕ ਨਹੀਂ, ਸਾਡੀ ਭਾਵਨਾ ਤੇ ਸ਼ੱਕ ਨਹੀਂ, ਤੇ ਬੰਦੇ ਫਿਰਦੇ ਤਾਂ ਇੱਥੇ ਹੀ ਹੁੰਦੇ ਆ। ਬਿਲਕੁਲ ਬਿਲਕੁਲ, ਇੱਥੇ ਕੰਮ ਕਰਨ ਤੇ ਬੰਦਾ ਆ ਜਾ ਫਿਰ ਕੀ ਨਹੀਂ, ਸਾਰਾ ਕੁਛ ਹੋ ਜਾਂਦਾ। ਫਿਰ ਇਹ ਜਦੋਂ ਇੱਥੋਂ ਇਹ 10-10 ਸਾਲ ਦੇ ਪੀਓ ਸੀ ਬੰਦੇ, ਉਹ ਸਭ ਤੋਂ ਵੱਡੇ ਸਮਗਲਰ ਸ਼ੁਰੂਆਤ ਪਹਿਲਾਂ ਕੋਠੀਆਂ ਪਿੰਡਾਂ ਦੋਲੇ ਵਾਲੇ ਪਿੰਡ ਦੇ ਵਿੱਚ, ਜਦੋਂ ਕਹਿੰਦੇ ਸੀ ਵੀ ਕਰੋੜ ਕਰੋੜ ਦੀਆਂ ਕੋਠੀਆਂ ਦੋਲੇ 'ਚ ਦੋਲੇ ਵਾਲੇ 'ਚ ਪੈ ਗਈਆਂ, ਉਹ ਸਭ ਤੋਂ ਪਹਿਲਾਂ ਇਹਨਾਂ ਦੀਆਂ ਪਈਆਂ, ਮਹਿਲ ਆ ਕੋਠੀਆਂ ਨਹੀਂ। ਉਹ ਤੁਸੀਂ ਜਾਓ ਇੱਕ ਮਰਲਾ ਜ਼ਮੀਨ ਨਹੀਂ, ਠੀਕ ਹੈ ਜੀ, ਕੋਈ ਉਹ ਇਨਕਮ ਨਹੀਂ, ਕੋਠੀਆਂ ਜਾ ਕੇ ਦੇਖੋ ਤੁਸੀਂ 2-2 ਕਰੋੜ ਦੇ ਮਹਿਲ ਖੜੇ ਕੀਤੇ, ਕਿੱਥੋਂ ਖੜੇ ਕੀਤੇ, ਫੜੇ ਰਾਤੇ ਰਾਤ ਅਸੀਂ ਇਹ ਨਾਮਜ਼ਦ ਨੇ ਸੇ ਇਹਨਾਂ ਫੇਰਾਂ ਦੇ ਵਿੱਚ, ਫਿਰ ਇਹਨਾਂ ਤੋਂ ਰਿਕਵਰੀਆਂ ਹੋਈਆਂ ਵਿੱਚ, ਉਹ ਵਕਰੀਆਂ ਫੇਰਾਂ ਦਰਜ। ਇਹ ਤਾਂ ਸਰਕਾਰ ਨੂੰ ਵੀ ਇਹੀ ਕਹਿੰਦੇ ਆ ਵੀ ਭਾਈ ਇਹੀ ਚੱਕ ਲਓ, ਹੁਣ ਇਹਨਾਂ ਕੁਆਂਟਿਟੀ ਦੇ ਵਿੱਚੋਂ ਬੰਦੇ ਬਰੀ ਹੋਏ ਆ, ਉਹਨਾਂ ਨੂੰ ਕਿਸੇ ਨੇ ਉਹਨਾਂ ਦੀ ਇਨਕੁਆਇਰੀ ਨਹੀਂ ਕੀਤੀ ਅਫਸਰ ਨੇ ਵੀ ਕਿਉਂ ਹੋਏ ਆ। ਸਟੇਟ ਦਾ ਮੁਖੀਆ ਉਹੀ ਲੱਗਾ ਹੋਵੇ ਬਚਾਉਣ, ਤੇ ਫਿਰ ਕਿਹੜੇ ਅਫਸਰਾਂ ਦੀ? ਇੰਦਰਜੀਤ ਸਿੰਘ ਇੰਸਪੈਕਟਰ ਨੂੰ ਸਿੱਧੂ ਸਾਹਿਬ ਨੇ ਅਰੈਸਟ ਕੀਤਾ, ਉਹਨਾਂ ਨੇ ਕੋਈ ਨਵੀਂ, ਕਿਹੜੇ? ਹਰਪ੍ਰੀਤ ਸਿੰਘ ਸਿੱਧੂ। ਓਕੇ, ਉਹਨਾਂ ਨੂੰ ਕੋਈ ਨਵੀਂ ਤਾਂ ਨਹੀਂ, ਕਿਉਂਕਿ ਉੱਥੇ ਕੋਈ ਉਹਨਾਂ ਨੇ ਆਪਦੀ ਇੰਦਰਜੀਤ ਤੋਂ ਹੀ ਸ਼ੁਰੂ ਕੀਤਾ ਨਾ ਕੰਮ, ਇੰਦਰਜੀਤ ਦੇ ਦਿੱਤੇ ਹੋਏ ਪਰਚੇ ਉਹੀ ਐਫ ਆਈ ਆਰਾਂ ਚੱਕੀਆਂ ਉਹਨਾਂ ਨੇ, ਠੀਕ ਹੈ ਜੀ, ਉਹੀ ਬੰਦਾ ਹੈਵੀ ਰਿਕਵਰੀ ਕਮਰਸ਼ੀ ਰਿਕਵਰੀ ਉਹੀ ਬੰਦੇ ਬਰੀ ਹੁੰਦੇ ਆ, ਸਾਰਾ ਕੇਸ ਸਾਹਮਣੇ ਆ ਗਿਆ। ਹੁਣ ਗੱਲ ਤਾਂ ਇਹ ਵੀ ਉਹ ਅਫਸਰ ਵਿਚਾਰਾ ਜੇ ਹੁਣ ਇਕੱਲਾ ਲੜਨ ਵਾਲਾ, ਬਿਲਕੁਲ ਬਿਲਕੁਲ, ਤੇ ਅੱਜ ਕਿੱਥੇ ਆ ਉਹਨੂੰ ਨਿਰਾਸ਼ ਹੋ ਕੇ ਜਾਣਾ ਪਿਆ ਡੈਪੂਟੇਸ਼ਨ ਦੇ, ਸਾਡੀ ਪੰਜਾਬ ਦੇ ਲੋਕ ਮਰੇ ਹੋਏ ਆ, ਫਿਰ ਅਸੀਂ ਕਿਉਂ ਨਹੀਂ ਖੜਦੇ ਅਸੀਂ ਇਹਨਾਂ ਅਫਸਰਾਂ ਦੇ ਨਾਲ, ਉਦੋਂ ਜੇ ਉਹਨਾਂ ਦੀ ਟ੍ਰਾਂਸਫਰ ਹੋਈ ਸੀ ਕਿਉਂ ਨਾ ਅਸੀਂ ਧਰਨੇ ਦਿੱਤੇ? ਬਿਲਕੁਲ, ਜੇ ਹੁਣ ਅਜੇ ਆਹ ਜਿਹੜੇ ਕਾਂਗਰਸੀ ਲੀਡਰ ਰਾਜੇ ਵੜਿੰਗ ਹੋਣੀ ਆ, ਜਿੱਦਣ ਉਹ ਬਦਲਿਆ ਤੇ ਉਹਦੇ ਕਿਉਂ ਨਾ ਧਰਨਾ ਲੱਗਾ ਇਹਨਾਂ ਤੋਂ? ਆ ਵੀ ਉਹਨਾਂ ਨੂੰ ਰੋਕ ਭਾਈ, ਇਹ ਤਾਂ ਪੰਜਾਬ ਦੀ ਜਵਾਨੀ ਬਚਾ ਰਿਹਾ, ਤਾਂ ਪੰਜਾਬ ਦੇ ਪੁੱਤ ਬਚਾ ਰਿਹਾ, ਰਿਪੋਰਟਾਂ ਦੇ ਉੱਪਰ ਕਾਰਵਾਈ ਦੀ ਗੱਲ ਕਰ, ਉਹਨਾਂ ਦੀ ਰਿਪੋਰਟ ਦੇ ਉੱਤੇ ਤੁਸੀਂ ਮਜੀਠੀਏ ਦੇ ਪਰਚਾ ਦਰਜ ਕੀਤਾ, ਉਹਦੇ ਤੋਂ ਕਿਸੇ ਤੋਂ ਧਰਨਾ ਨਹੀਂ ਲੱਗਿਆ, ਅਸਲ ਹੁਣ ਕੋਰਟ ਤੇ ਵੀ ਪ੍ਰੈਸ਼ਰ ਪਾਉਣੇ ਚਾਹੀਦੇ ਵੀ ਖੋਲੋ ਜੀ ਜਿਹੜੀ ਇਨਕੁਆਇਰੀ ਸਿੱਧੂ ਸਾਹਿਬ ਦੀ ਆ ਕਰੋ ਗੱਲਬਾਤ। ਦੇਖੋ ਜੀ ਹੁਣ ਇੱਕ ਬੰਦਾ MLA ਚੁਣ ਕੇ ਆਉਂਦਾ, ਉਹ 4-5 ਲੱਖ ਬੰਦੇ ਦੀ ਵੋਟ ਤੇ ਚੁਣ ਕੇ ਆਉਂਦਾ, ਉਹ ਰਿਪ੍ਰੈਜ਼ੈਂਟ ਕਰਦਾ, ਉਹਨਾਂ ਦੀ ਆਵਾਜ਼ ਆ 5 ਲੱਖ 4 ਲੱਖ 3 ਲੱਖ ਬੰਦੇ ਜਿੰਨਾ ਵੀ ਚਲੋ ਵੋਟ ਪਈ ਹੈ, ਉਹਨਾਂ ਦੀ ਆਵਾਜ਼ ਹੈ ਨਾ, ਉਹ ਕਿਉਂ ਨਹੀਂ ਠਾਰੇ ਜੀ? ਕਿਉਂਕਿ ਇਸ ਧੰਦੇ ਦੇ ਵਿੱਚ ਸਾਰੇ ਹੀ ਨੰਗੇ ਆ, ਸਾਨੂੰ ਸੱਦ ਕੇ ਆਪਦੇ ਘਰਾਂ 'ਚ ਕਹਿੰਦੇ ਨੇ ਵੀ ਆਹ ਬੰਦਾ ਸਮਗਲਰ ਹੈ ਜੀ, ਅਤੇ ਤੁਹਾਡੇ ਕੋਲ ਪਰਚਾ ਇਹਦਾ, ਇਹਦੀ ਐਂਟੀਸਪੀਟਰੀ ਲੱਗੀ, ਇਹਨੂੰ ਸ਼ਾਮਲ ਕਰੋ, ਇਹਨੂੰ ਜ਼ਮਾਨਤ ਰੈਗੂਲਰ ਦਵਾਓ। ਇਹ ਲੀਡਰ ਕਹਿੰਦੇ, ਹਾਂਜੀ, ਕਿੱਥੇ ਜਾਓਗੇ ਤੁਸੀਂ? ਫਿਰ ਉਹ ਸਮਗਲਰ ਕੱਲ੍ਹ ਨੂੰ ਸਾਡੇ ਗਾਲੀ ਪੈਣਗੇ ਸਰ, ਇੰਨੀ ਹੌਸਲੇ ਤੱਕ
ਜਿਹੜਾ ਇੱਕ ਸਮਗਲਰ ਫਿਰੋਜ਼ਪੁਰ ਜ਼ਿਲ੍ਹੇ ਦਾ ਬੰਦਾ ਹੈਵੀ ਰਿਕਵਰੀਆਂ ਦੇ ਵਿੱਚ ਹੈ, ਸਾਨੂੰ ਇਹ ਕਹਿੰਦੇ ਸੱਦ ਕੇ ਘਰੇ ਵੀ ਆ ਇਹਨੂੰ ਇੱਥੇ ਬਹਿ ਕੇ ਮੇਰੀ ਕੋਠੀ 'ਚ ਬਹਿ ਕੇ ਕਰੋ ਸ਼ਾਮ ਤੁਸੀਂ ਕੌਣ ਕਹਿੰਦਾ ਸੀ MLA ਸਾਹਿਬ ਤੋਤਾ ਸਿੰਘ ਹੋਣੀ ਨਹੀਂ ਜੀ ਨਹੀਂ ਜੀਰੇ ਵਾਲਾ ਤੇ ਹੀ ਰਾਜ ਬੜੇ ਜੀ ਕੁਲਵੀਰ ਜੀਰਾ ਹਾਂਜੀ ਤੇ ਰਾਜਾ ਬੜੇ ਹਾਂਜੀ ਉਦਾਂ ਜੀਰਾ ਦਾ ਕਹਿੰਦਾ ਕਿ ਮੈਂ ਬੜਾ ਨਸ਼ਾ ਦੇਖ ਲਓ ਤੁਸੀਂ ਉਹਦੇ ਭਾਸ਼ਣ ਵੀ ਬੜਾ ਵਾਇਰਲ ਹੋਇਆ ਮੈਂ ਲਿਆ ਦੂੰਗਾ ਅਗਲੀ ਵਾਰ ਨੂੰ FIR ਜੀਰੇ ਵਾਲੀਆਂ ਕੱਢ ਲਿਆ ਮਤਲਬ ਇਹ ਨਸ਼ਿਆਂ ਦੇ ਵਿੱਚ ਜਿਹੜੇ ਬੰਦੇ ਫਸਦੇ ਸੀ ਉਹਨਾਂ ਨੂੰ ਤੁਹਾਡੇ ਥਰੂ ਬਚਾਉਂਦੇ ਸੀ ਵੀ ਛੱਡ ਦੋ ਦੇਖੋ ਜੀ ਉਹ ਇੱਥੋਂ ਤੱਕ ਤੁਸੀਂ ਹੁਣ ਜੁਡੀਸ਼ਰੀ ਦੀ ਗੱਲ ਕੀ ਕਰਦੇ ਹੋ ਸੇਖੋ ਸਾਹਿਬ ਬਿਲਕੁਲ ਸਹੀ ਪਿੱਟਦੇ ਆ ਅਸੀਂ ਉਸ ਬੰਦੇ ਨੂੰ ਸਾਡਾ ਪ੍ਰੋਸੈਸ ਇਹ ਹੁੰਦਾ ਵੀ ਉਹ ਬੰਦਾ ਥਾਣੇ ਵਿੱਚ ਆਵੇ ਠੀਕ ਹੈ ਚਲੋ ਹਾਈ ਕੋਰਟ ਦਾ ਹੁਕਮ ਅਸੀਂ ਉਹਦੀ ਪਾਲਣਾ ਕਰਨੀ ਆ ਅਸੀਂ ਉਹਨੂੰ ਸ਼ਾਮਲ ਤਫਤੀਸ਼ ਕਰਦੇ ਹਾਂ ਨੈਕਸਟ ਰਿਪੋਰਟ ਅਸੀਂ ਜਿਹੜੀ ਹਾਈ ਕੋਰਟ ਦੇ ਪੇਸ਼ ਕਰਦੇ ਹਾਂ ਵੀ ਸਾਨੂੰ ਇਹਦੀ ਪੁੱਛਗਿੱਛ ਤੇ ਅਸੀਂ ਸੰਤੁਸ਼ਟ ਹੈ ਬਿੱਲ ਰੈਗੂਲਰ ਹੋ ਜੂਗੀ ਨਹੀਂ ਸੰਤੁਸ਼ਟ ਫਿਰ ਅਸੀਂ ਹਾਈ ਕੋਰਟ ਦੇ ਅੱਗੇ ਰਿਪੋਰਟ ਦਿੰਦੇ ਹਾਂ ਵੀ ਜੋ ਸਾਨੂੰ ਇਹਨਾਂ ਨੇ ਪੁੱਛਗਿੱਛ ਨੇ ਸਾਨੂੰ ਸਹਿਯੋਗ ਨਹੀਂ ਕੀਤਾ ਅਸੀਂ ਉਹ ਤੋਂ ਹਜ਼ਾਰ ਰਿਕਵਰੀ ਕਰਨੀ ਆ ਠੀਕ ਹੈ ਸਾਨੂੰ ਇਹਦੀ ਹਿਰਾਸਤੀ ਪੁੱਛਗਿੱਛ ਚਾਹੀਦੀ ਆ ਤੇ ਰਿਮਾਂਡ ਲੈਣਾ ਹੁੰਦਾ ਫਿਰ ਬਿਲਕੁਲ ਠੀਕ ਹੈ ਫਿਰ ਹਾਈ ਕੋਰਟ ਰਿਜੈਕਟ ਕਰਦੀ ਆ ਫਿਰ ਅਸੀਂ ਦੁਬਾਰਾ ਉਹਨੂੰ ਆਪਦੇ ਤਰੀਕੇ ਨਾਲ ਫਿਰ ਅਰੈਸਟ ਦੁਬਾਰਾ ਕਰਦੇ ਹਾਂ ਫਿਰ ਉਹ ਗੱਲ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਫਿਰ ਕਰਨੀ ਹੁੰਦੀ ਜੋ ਰਿਮਾਂਡ ਤੇ ਚੱਲਦਾ ਬੰਦਾ ਹੁਣ ਉਹਦੇ ਵਿੱਚ ਉਹ ਬੰਦਿਆਂ ਨੂੰ ਇਹ ਕਹਿੰਦੇ ਵੀ ਘਰੇ ਸੱਦ ਕੇ ਕਹਿੰਦੇ ਵੀ ਇੱਥੇ ਬਹਿ ਕੇ ਸ਼ਾਮਲ ਕਰੋ ਸਾਡੇ ਸਾਹਮਣੇ ਤੇ ਲਿਖੋ ਵੀ ਸਾਨੂੰ ਇਹ ਨਹੀਂ ਚਾਹੀਦਾ ਸੰਤੁਸ਼ਟ ਅਸੀਂ ਵੀ ਰੈਗੂਲਰ ਬੇਲ ਹੋ ਗਏ ਦੱਸੋ ਜੀ ਕਿ ਕੌਣ ਮਦਦ ਕਰ ਰਿਹਾ ਪਾਪ ਨੇ ਕਿਸੇ ਪਤਾ ਨਹੀਂ ਕਿੰਨੀਆਂ ਮਾਵਾਂ ਆਪਾਂ ਦੇਖਦੇ ਹਾਂ ਤੜਫਦੀਆਂ ਨੇ ਰੋਂਦੀਆਂ ਨੇ ਮੈਂ ਉਹਨੂੰ ਨਹੀਂ ਉਹਦੇ ਵਿੱਚ ਸਾਰੇ ਨੰਗੇ ਨੇ ਕਾਹ ਜੀ ਮੈਂ ਨਹੀਂ ਸ਼ਾਮਲ ਤਫਤੀਸ਼ ਕੀਤਾ ਔਨ ਰਿਕਾਰਡ ਪਿਆ ਸਾਰਾ ਜੀ ਔਨ ਰਿਕਾਰਡ ਆ ਉਹਦੇ ਵਕੀਲ ਨੇ ਸੈਸ਼ਨ ਅਦਾਲਤ ਕੋਰਟ ਦੇ ਵਿੱਚ ਐਫੀਡੇਵਿਟ ਲਾਇਆ ਵੀ ਮੇਰਾ ਜਿਹੜਾ ਕਲਾਇੰਟ ਹੈ ਸ਼ਾਮਲ ਤਫਤੀਸ਼ ਹੋ ਚੁੱਕਿਆ ਠੀਕ ਹੈ ਜੀ ਪੁਲਿਸ ਇਹਦੇ ਨਾਲ ਜ਼ਿਆਦਤੀ ਕਰ ਰਹੀ ਹੈ ਮੈਨੂੰ ਸੈਸ਼ਨ ਕੋਰਟ 'ਚ ਬੁਲਾਇਆ ਗਿਆ ਮਿਸਲ ਮੈਂ ਲੈ ਕੇ ਜੱਜ ਸਾਹਿਬ ਦੇ ਗਿਆ ਮੈਂ ਕਿਹਾ ਜੀ ਆਹ ਪਈ ਆ ਮਿਸਲ ਵਕੀਲ ਸਾਹਿਬ ਨੇ ਝੂਠਾ ਹਲਫੀਆ ਬਿਆਨ ਤੁਹਾਡੀ ਅਦਾਲਤ ਵਿੱਚ ਦਿੱਤਾ ਵਕੀਲ 'ਤੇ ਵੀ ਅਤੇ ਇਹਦੇ 'ਤੇ ਵੀ 420 ਦਾ ਮੁਕੱਦਮਾ ਦਰਜ ਕਰਨ ਦਾ ਔਰਡਰ ਜਾਰੀ ਕਰੋ ਇਸੇ ਐਫੀਡੇਵਿਟ ਓਕੇ ਬਈ ਫਿਰ ਅੱਗੇ ਕਾਰਵਾਈ ਜੱਜ ਸਾਹਿਬ ਕਹਿੰਦੇ ਨਹੀਂ ਜੀ ਤੁਸੀਂ ਹਾਈ ਕੋਰਟ ਚਲੇ ਜਾਓ ਜੱਜ ਵੀ ਡਰਦੇ ਨੇ ਸੈਸ਼ਨ ਜੱਜ ਇਹ ਗੱਲ ਮੈਨੂੰ ਮੈਂ ਕਿਹਾ ਸਰ ਮੈਂ ਤੁਹਾਨੂੰ ਸਾਬਤ ਕਰਤਾ ਵੀ ਐਫੀਡੇਵਿਟ ਝੂਠਾ ਦਿੱਤਾ ਹੁਣ ਅਦਾਲਤ ਵਿੱਚ ਡਾਕੂਮੈਂਟ ਝੂਠਾ ਦੇਣਾ ਅਪਰੂਵ ਕਰਨ ਦੀ ਕਿੱਥੇ ਲੋੜ ਹੈ ਜੀ ਮੈਂ ਇਨਵੈਸਟੀਗੇਟਰ ਹੈ ਉਹਦਾ ਵਕੀਲ ਆ ਉਹ ਵਕੀਲ ਦਾ ਝੂਠਾ ਅਲਫੀਆ ਬਿਆਨ ਅਦਾਲਤ ਦਾ ਰਿਕਾਰਡ ਹੈ ਅਦਾਲਤ ਦੇ ਰਿਕਾਰਡ 'ਚੋਂ ਐਫੀਡੇਵਿਟ ਨਹੀਂ ਜੱਜ ਸਾਹਿਬ ਨੇ ਆਰਡਰ ਕੀਤੇ ਪਰਚੇ 'ਤੇ ਉਸ ਤੋਂ ਬਾਅਦ ਉਹ ਬੰਦਾ ਹਾਈ ਕੋਰਟ ਆਉਂਦਾ ਉਸੇ ਹੀ ਐਫੀਡੇਵਿਟ ਦੇ ਬਿਹਾਫ ਦੇ ਉੱਤੇ ਵੀ ਮੈਂ ਸ਼ਾਮਲ ਤੁਤੀ ਛੋ ਚੁੱਕਿਆ ਮੈਨੂੰ ਪੁਲਿਸ ਨਜਾਇਜ਼ ਤੰਗ ਕਰਦੀ ਆ ਫਿਰ ਹਾਈ ਕੋਰਟ ਦੇ ਵਿੱਚ ਅਸੀਂ ਮੈਂ ਪੇਸ਼ ਹੁੰਦਾ ਮੈਂ ਸਾਰਾ ਕੁਛ ਦੱਸਿਆ ਮੈਂ ਕਿਹਾ ਸਰ ਵੀ ਉੱਥੇ ਝੂਠਾ ਐਫੀਡੇਵਿਟ ਦਿੱਤਾ ਜੱਜ ਸਾਹਿਬ ਕਹਿੰਦੇ ਵੀ ਇਹਨੂੰ ਮੈਂ ਕਿਹਾ ਜੀ ਮੈਂ ਤਾਂ ਇੱਥੇ ਕਰ ਲੈਂਦਾ ਤੁਹਾਡੇ ਸਾਹਮਣੇ ਇਹਨੂੰ ਸ਼ਾਮਲ ਤਫਤੀਸ਼ ਕਰਦਾ ਕਾਰਨ ਵਿੱਚ ਕੀ ਹੈ ਅਤੇ ਹੋਰ ਮੁਕੱਦਮੇ ਵੀ ਦਰਜ ਹੈ ਢਾਈ ਢਾਈ ਤਿੰਨ ਤਿੰਨ ਕਿਲੋ ਦੀ ਰਿਕਵਰੀ ਇਹਦੇ 'ਤੇ ਹੋਰ ਹੈ SDF ਦੀ ਉਹ ਜਦੋਂ SDF ਇਹਦੀ ਡੇਟ ਦਾ ਪਤਾ ਲੱਗਦਾ ਵੀ ਹਾਈ ਕੋਰਟ ਰਿਹਾ ਡੇਟ ਦਿੱਤੀ ਹੈ ਇਹਨੂੰ ਸ਼ਾਮਲ ਤਫਤੀਸ਼ ਹੋਣ ਨੂੰ ਉਹ ਆਪਦੀਆਂ ਟੀਮਾਂ ਲੈ ਕੇ ਉੱਥੇ ਪਹੁੰਚ ਜਾਂਦੇ ਉਦੋਂ ਇਹਨੂੰ ਡਰ ਹੈ ਵੀ ਜਦੋਂ ਮੈਂ ਇੱਥੋਂ ਸ਼ਾਮਲ ਤਫਤੀਸ਼ ਹੋ ਕੇ ਨਿਕਲਿਆ ਬਾਹਰ ਉਹਨਾਂ ਨੇ ਗੁੱਟ ਫੜ ਹੀ ਲੈਣਾ ਫੜ ਲੈਣਾ ਬਿਲਕੁਲ ਡਰ ਤਾਂ ਵਿੱਚੋਂ ਜੀ ਆ ਹੈ ਫਿਰ ਮੈਂ ਉਹ ਮੁਕਤਸਰ ਵਾਲਾ ਰਿਕਾਰਡ ਵੀ ਜੱਜ ਸਾਹਿਬ ਦੇ ਪੇਸ਼ ਕੀਤਾ ਫਿਰ ਉਹਨਾਂ ਨੇ ਆਰਡਰ ਕੀਤਾ ਵੀ ਇਹ ਬੰਦਾ CGM ਜੀਰੇ ਦੇ ਅਦਾਲਤ ਦੇ ਵਿੱਚ 19 ਤਰੀਕ ਨੂੰ ਪੇਸ਼ ਹੋਊਗਾ ਉੱਥੇ ਸ਼ਾਮਲ ਤਫਤੀਸ਼ ਤੁਸੀਂ ਕਰੋਗੇ ਫਿਰ ਵੀ ਸਾਡੇ 'ਤੇ ਭਰੋਸਾ ਨਹੀਂ ਜੱਜ ਸਾਹਿਬ ਨੇ ਕੀਤਾ ਮੈਂ ਕਿਹਾ ਜੀ ਕੋਈ ਫਿਰ ਰਾਹ ਤੇ ਇਹੀ ਆ ਵੀ ਇਹ ਅਦਾਲਤ ਵਿੱਚ ਹੀ ਆ ਜੇ ਫਿਰ ਜੀਰੇ ਬਿਲਕੁਲ ਜਾਂ ਤੁਹਾਡੇ ਇੱਥੇ ਮੈਂ ਕਰ ਲੈਣਾ ਜਾਂ ਉੱਥੇ ਆ ਜੇ ਜੱਜ ਸਾਹਿਬ ਨੇ ਬਕਾਇਦਾ ਆਰਡਰਾਂ 'ਚ ਲਿਖਿਆ ਵੀ ਇਹ ਬੰਦਾ CGM ਜੀਰਾ ਦੀ ਹਾਜ਼ਰੀ ਵਿੱਚ ਸ਼ਾਮਲ ਤਫਤੀਸ਼ ਹੋਊਗਾ ਮੈਂ 8 ਵਜੇ ਕੋਰਟ ਚਲਾ ਗਿਆ 9 ਵਜੇ ਮੈਂ ਆਪਦੀ ਹਾਜ਼ਰੀ ਲਵਾ ਕੇ ਜੱਜ ਸਾਹਿਬ ਦੇ ਹਾਈ ਕੋਰਟ ਦਾ ਆਰਡਰ ਦੇ ਕੇ ਉਹਨਾਂ ਨੂੰ ਮੈਂ ਉੱਥੇ ਬੈਠ ਗਿਆ ਬੰਦਾ ਸਾਰਾ ਦਿਨ ਨਹੀਂ ਆਇਆ 5 ਵਜੇ ਜੀਰੇ ਵਾਲੇ ਜੱਜ ਸਾਹਿਬ ਨੇ ਆਰਡਰ ਕਰ ਦਿੱਤੇ ਵੀ ਇਹ ਜਿਹੜਾ IO ਆ ਸਾਰਾ ਦਿਨ ਮੇਰੀ ਕੋਰਟ 'ਚ ਹਾਜ਼ਰ ਆ ਬੰਦਾ ਸ਼ਾਮਲ ਤਫਤੀਸ਼ ਹੋਣ ਵਾਸਤੇ ਨਹੀਂ ਆਇਆ ਠੀਕ ਹੈ ਫਿਰ ਉਹ ਲਿਆ ਕੇ ਡਾਕੂਮੈਂਟ ਦਿੱਤਾ ਫਿਰ ਉਹਦੀ ਬੇਲ 'ਚ ਇੱਥੋਂ ਤੱਕ ਇਹ ਲੋਕ ਮਦਦ ਕਰਦੇ ਆ ਜੱਜਾਂ ਤੇ ਵੀ ਪ੍ਰੈਸ਼ਰ ਪੈਂਦਾ ਹੈ ਨਾ ਸੁਣਿਆ ਸੀ ਵੀ ਸੈਣੀ ਵਰਗੇ ਜਿਹੜੇ ਹੁੰਦੇ ਸੀ ਜੱਜਾਂ ਨੂੰ ਵੀ ਧਮਕੀਆਂ ਦੇ ਜਾਂਦੇ ਸੀ ਉਹ ਗੱਲਾਂ ਫਿਰ ਇੱਥੇ ਵੀ ਸੱਚ ਸਬੂਤ ਪਏ ਆ ਬਈ ਜੀ ਬੰਦੇ ਦਾ ਅੱਗੇ ਕੁਛ ਬਣਿਆ ਬਾਅਦ ਚ ਅਰੈਸਟ ਹੋਇਆ ਜੀ ਬਾਅਦ ਚ ਇਹਦਾ ਮਤਲਬ ਇਹ ਵੀ ਜਿਹੜਾ ਫਿਰ ਉਹ ਧੰਦਾ ਪਾਪ ਦੀ ਕਮਾਈ ਕਰਕੇ ਖਾਂਦੇ ਨੇ ਫਿਰ ਇਹਨਾਂ ਦੇ ਘਰਾਂ 'ਚ ਵੀ ਰੋਟੀ ਪੱਕਦੀ ਆ ਕਿੱਥੋਂ ਚੱਲਦਾ ਜੀ ਫਿਰ ਮਲਕ ਭਾਗੂ ਦਾ ਜਿਹੜਾ ਲਹੂ ਨੁੱਚੜ ਦਾ ਦਿਖਾ ਦਿੰਦੇ ਆਪਾਂ ਸਿੰਬੋਲਿਕਲੀ ਤੁਸੀਂ 1 ਕਿਲੋ ਚੀਜ਼ ਰੱਖ ਕੇ ਗੱਡੀ 'ਚ ਤੁਰਪੋ ਤੁਹਾਨੂੰ 5 ਕਿਲੋਮੀਟਰ ਨਹੀਂ ਪੁਲਿਸ ਜਾਣ ਦਿੰਦੀ ਨਹੀਂ ਜਾਣ ਅਸੀਂ ਜਾਂਦੇ ਹੀ ਆ ਰੋਜ਼ ਕਿੰਨੇ ਥਾਵਾਂ ਤੇ ਚੈਕਿੰਗ ਹੁੰਦੀ ਆ ਠੀਕ ਹੈ ਜੀ ਤੁਹਾਡੇ ਮੈਟ ਤੱਕ ਵੀ ਪਟਦੀ ਆ ਪੁਲਿਸ ਦੇਖਦੇ ਨੇ ਠੀਕ ਹੈ ਇਹ ਲੋਕ ਇੰਨੀ ਦਲੇਰੀ ਨਾਲ ਬੱਚਿਆਂ ਨੂੰ ਮਾਰ ਸਕਦੇ ਆ ਗੱਡੀਆਂ ਚੜਾ ਕੇ ਇਹਨਾਂ ਦੇ ਪਿੱਛੇ ਕੌਣ ਹੋਊਗਾ ਜੀ ਫਿਰ ਨਾਲੇ ਤੁਸੀਂ ਔਨ ਡਿਊਟੀ ਠੀਕ ਹੈ ਨਾ ਵੀ ਮੇਰੇ ਤੇ ਘਰੇ ਫਾਇਰਿੰਗ ਕਰ ਸਕਦੇ ਆ
ਠੀਕ ਹੈ, ਇਹਨਾਂ ਨੂੰ ਨਾਕਾ ਨਾਕਾ ਲਾਉਣ ਤੇ ਪੁਲਿਸ ਦੇ ਡਰਦੇ ਡਰਨਾ ਕੀ ਆ, ਪੁਲਿਸ ਦੇ ਉੱਤੇ ਗੱਡੀਆਂ ਚੜਾ ਕੇ ਲੋਕਾਂ ਨੂੰ ਮਾਰ ਕੇ ਲੰਘਦੇ ਆ, ਫਿਰ ਇੰਨਾ ਹੌਸਲਾ ਤਾਂ ਕਿਸੇ ਦੀ ਬੈਕ ਤੋਂ ਬਿਨਾਂ ਤਾਂ ਹੁੰਦਾ ਨਹੀਂ ਹੁੰਦਾ, ਉਹ ਥਾਪੀ ਤਗੜੀ ਮਿਲੀ ਹੁੰਦੀ ਹੈ, ਠੀਕ ਹੈ ਨਾ, ਫਿਰ ਉਹਦੇ ਪਿੱਛੇ ਕੌਣ ਹੋਊਗਾ। ਸਰ ਇਹ ਦੱਸੋ ਜਾ, ਮੈਨੂੰ ਧੰਦਾ ਆ ਡਰੱਗਸ ਦਾ, ਇਹ ਕਿੰਨਾ ਕੁ ਮਤਲਬ ਪ੍ਰੋਫਿਟੇਬਲ ਆ, ਵੀ ਕਿੰਨੇ ਕੁ ਦਾ ਇਹਨਾਂ ਨੂੰ ਇਨਵੈਸਟ ਕਰਨਾ ਪੈਂਦਾ ਤੇ ਕਿੰਨਾ ਕੁ ਇਹਨਾਂ ਦਾ ਜਾ ਕੇ ਅੱਗੇ ਪ੍ਰੋਫਿਟ ਵੀ ਉਹਨੂੰ ਮਿਲ ਜਾਂਦਾ ਹੈ। ਜਿਹੜਾ ਸਿੰਥੈਟਿਕ ਡਰੱਗ ਆ ਉਹ 10,000 ਦੀ ਚੀਜ਼ ਤੁਹਾਨੂੰ ਕਰੋੜ 'ਚ ਵਿਕਦੀ ਹੈ, ਕਈ ਸੈਂਕੜੇ ਗੁਣਾ ਅੱਗੇ ਪ੍ਰੋਫਿਟ ਆ, ਠੀਕ ਹੈ ਜੀ, 10,000 ਖਰਚ। ਸਭ ਤੋਂ ਵੱਧ ਪ੍ਰੋਫਿਟ ਇਸੇ ਧੰਦੇ 'ਚ ਇਸੇ ਕਰਕੇ ਹੀ ਹੈ ਨਾ, ਵਧਿਆ ਫੁੱਲਿਆ ਵੀ ਇਸੇ ਕਰਕੇ, ਠੀਕ ਹੈ। ਹੁਣ ਇਹਨਾਂ ਦਾ ਧੰਦਾ ਮੈਂ ਹੁਣ ਤੁਹਾਨੂੰ ਜੋੜ ਦਿੱਤਾ ਨਾ ਵੀ ਪੋਲੀਟੀਕਲ ਅਤੇ ਡੇਰਾ, ਧਾਰਮਿਕ ਬੰਦੇ ਹੋ ਗਏ, ਪੋਲਿਟਿਕਸ ਹੋ ਗਈ, ਨਾਲ ਫਿਰ ਪੁਲਿਸ ਵੀ ਹੁੰਦੀ ਹੈ, ਬੜੇ ਗੂੜੇ ਸੰਬੰਧ ਆ। ਤੁਸੀਂ ਰਾਣੂ ਸਰਪੰਚ ਵਾਲਾ ਕੇਸ ਚੱਕ ਲਓ, ਨਾਨਕਸਰ ਵਾਲੇ ਡੇਰੇ ਦਾ ਸਪਸ਼ਟ ਆਇਆ, ਬਹੁਤ ਮਾੜਾ, ਦੱਸੋ ਕੀ ਸੀ ਉਹ, ਠੀਕ ਹੈ ਜੀ, ਜਿਹੜੇ ਉਹ ਨਾਨਕਸਰ ਵਾਲੇ ਬਾਬੇ ਉਹਨਾਂ ਦਾ ਭਾਣਜਾ ਵੇਚਣ ਬੋਲ ਉਹਦੇ 'ਚ। ਅੱਛਾ, ਨਹੀਂ ਦੱਸੋ ਤਾਂ ਸਹੀ ਕੀ ਸੀ ਉਹ ਕਿੱਸਾ, ਰਾਣੂ ਸਰਪੰਚ ਰਿਕਵਰੀ ਉੱਥੋਂ ਹੋਈ ਹੈ ਜੀ, ਰਾਣੂ ਸਰਪੰਚ ਦੇ ਘਰੋਂ, ਜਿਹੜੀ ਰਾਣੂ ਸਰਪੰਚ ਤੋਂ ਬਾਅਦ ਜਦੋਂ ਰਾਣੂ ਤੋਂ ਪੁੱਛਗਿੱਛ ਪਈ ਆ, ਪੁੱਛਗਿੱਛ ਪਈ ਸਾਰੀ, ਉਹ ਬਾਬੇ ਦਾ ਕਿ ਭਾਣਜਾ ਵਿੱਚ ਉਹਦੇ 'ਚ, ਉੱਥੇ ਨਾਨਕਸਰ ਡੇਰੇ ਦੇ ਵਿੱਚੋਂ ਰਿਕਵਰੀ, ਪਰ ਉੱਥੇ ਸੰਦੀਪ ਸੰਧੂ ਉਹ ਕੈਪਟਨ, ਜਿਹੜੇ ਹੁਣ ਆਪਾਂ ਗੱਲਾਂ ਕਰਦੇ ਲੋਕ, ਇਹ ਲੋਕ ਤਾਂ ਮੈਂ ਕਹਿੰਦਾ ਬਾਈ ਜੀ ਤਾਂ ਜਿਉਂਦੇ ਸਾੜ ਦੇਣੇ ਚਾਹੀਦੇ ਆ, ਇਹ ਸਾਡੇ ਲੀਡਰ ਬਣੇ ਫਿਰਦੇ ਆ। ਸੰਧੂ ਕੈਪਟਨ ਦਾ ਓਐਸਡੀ, ਹਾਂਜੀ, ਉਸ ਚੈਪਟਰ ਨੂੰ ਹੀ ਖਤਮ ਕਰ ਦਿੱਤਾ, ਕਿੱਸਾ ਹੀ ਖਤਮ, ਸਹੀ ਖਤਮ, ਜਿਹੜੀ ਤਫਤੀਸ਼ ਹੋਈ ਹੈ ਉਹ ਕਿਤੇ ਕਾਗਜ਼, ਹੁਣ ਜਿਹੜੀ ਤੁਸੀਂ ਉਹ ਤਾਂ ਕੀ ਬੋਲੋਗੇ ਜਦੋਂ ਉਹਦਾ ਸਬੂਤ ਹੀ ਕੋਈ ਹੈ ਨਹੀਂ ਆ। ਆ ਫਿਰ ਸੇਖੋਂ ਸਾਹਿਬ ਬਿਲਕੁਲ ਸਹੀ ਨਾਮ ਲੈਂਦੇ ਨੇ, ਠੀਕ ਹੈ ਜੀ, ਫਿਰ ਉਸ ਵੇਲੇ ਤਾਂ ਅਫਸਰਾਂ ਨੂੰ ਚਾਹੀਦਾ ਫਿਰ ਉਹ ਮੂੰਹ ਖੋਲਣ, ਕਿਉਂ ਨਹੀਂ ਦੱਸਦੇ ਲੋਕਾਂ ਨੂੰ, ਜੇ ਹੋਰ ਆਪਾਂ ਪ੍ਰੈਸ ਕਾਨਫਰੰਸਾਂ ਕਰਕੇ ਇਹੋ ਜਿਹੀਆਂ ਗੱਲਾਂ ਕਰਦੇ ਹਾਂ ਤੇ ਪਤਾ ਨਹੀਂ ਵੀ ਸਾਡੇ ਅਫਸਰ ਤਾਂ ਕਿਉਂ ਇਹਨਾਂ ਨੂੰ ਤੋਂ ਦਬੇ ਹੋਏ ਤੇ ਕਿਉਂ, ਕਿਉਂਕਿ ਇਹਨਾਂ ਨੇ ਪਤਾ ਨਹੀਂ ਇੰਨਾ ਪ੍ਰੈਸ਼ਰ ਕਿਉਂ ਇਹਨਾਂ ਦੇ ਉੱਤੇ, ਸਾਡੇ ਅਫਸਰ ਇਹਨਾਂ ਦਾ ਆਪਦੇ ਬਿਲਟ ਕਰੀ ਬੈਠੇ, ਇਹ ਫਿਰ ਅਫਸਰ ਵੀ ਪੈਸਾ ਖਾਂਦੇ ਹੀ ਹੋਣਗੇ, ਚੱਲਦੇ ਜੀ ਫਿਰ ਇੱਥੋਂ ਤਾਂ, ਫਿਰ ਤਾਂ ਜਾ ਰਹੀ ਹੈ, ਕਾਰਨ ਦੋ ਹੀ ਹੁੰਦੇ ਨਾ ਤੁਹਾਡੇ ਵਰਗਿਆਂ ਤੇ ਪ੍ਰੈਸ਼ਰ ਪਾਉਣੇ, ਕਾਰਨ ਤਾਂ ਫਿਰ ਦੋ ਹੀ ਹੁੰਦੇ ਨਾ ਵੀ ਜਾਂ ਤਾਂ ਤੁਸੀਂ ਵਿਕੇ ਹੋਏ ਹੋ ਜਾਂ ਤੁਹਾਡੇ 'ਚ ਡਰ ਹੀ ਇੰਨਾ ਹੈਗਾ, ਮਾਨਸਿਕ ਡਰ ਹੀ ਤੁਹਾਨੂੰ ਇੰਨਾ ਵੀ ਆਪਦੀ ਕੁਰਸੀ ਬਚਾਉਣ ਦੀ ਖਾਤਰ ਵੀ ਅੱਜ ਦਾ ਦਿਨ ਵੀ ਲੰਘ ਗਿਆ ਤੇ ਕੱਲ੍ਹ ਦਾ ਵੀ ਲੰਘ ਗਿਆ ਤੇ ਪਰਸੋਂ ਦਾ ਵੀ ਲੰਘ ਗਿਆ, ਕੀ ਕਰੋਗੇ। ਪਰ ਅਫਸਰਾਂ ਤੋਂ ਵੀ ਕੰਮ ਤਾਂ ਇਹਨਾਂ ਨੇ ਲੋਕਾਂ ਨੇ ਕਰਾਉਣਾ ਨਾ, ਅਫਸਰਾਂ ਦਾ ਕਸੂਰ ਨਹੀਂ ਗਿਆ ਇਹਦੇ 'ਚ, ਮੈਂ ਅਫਸਰਾਂ ਦਾ ਕਸੂਰ ਨਹੀਂ ਕਹਿਣਦਾ, ਇਹ ਅੱਜ ਤੁਸੀਂ ਅੱਜ ਆਪਾਂ ਕਹਿੰਦੇ ਪੰਜਾਬ ਦੀ ਸਥਿਤੀ ਇੰਨੀ ਮਾੜੀ ਆ, ਮੈਂ ਡਿਮਾਂਡ ਕਰਦਾ ਸੀ ਐਮ ਸਾਹਿਬ ਤੋਂ ਕਮਰ ਵਿਜੇ ਪ੍ਰਤਾਪ ਸਿੰਘ ਨੂੰ ਗ੍ਰਹਿ ਭਾਗ ਦੇ ਦਿਓ, ਠੀਕ ਹੈ ਜੀ, ਅਸੀਂ ਰਿਟਾਇਰਡ ਹਾਂ, ਅਸੀਂ ਸਹਿਯੋਗ ਕਰਾਂਗੇ, ਅਸੀਂ ਤਾਂ ਉਹ ਸਪੇਰੇ ਹਾਂ ਜਿਹਨਾਂ ਨੇ ਨਾਗ ਖੁੱਟ 'ਚੋਂ, ਪਤਾ ਸੀ ਵੀ ਇਸ ਖੁੱਟ 'ਚ ਨਾਗ ਬੈਠਾ, ਹੱਥ ਪਾ ਕੇ ਕੱਢ ਲਿਆ, ਠੀਕ ਹੈ, 3 ਮਹੀਨੇ ਦੀ ਗਰੰਟੀ ਦਿੰਦੇ ਹੋ, ਤੁਸੀਂ ਤਾਂ ਕਹਿੰਦੇ ਨਾ ਲੋਕਾਂ ਤੋਂ ਧਮਕੀਆਂ ਦੇ ਕੇ ਪੈਸੇ ਮੰਗਦੇ ਆ, ਤੈਨੂੰ ਜਸਪਾਲ ਕਹੂੰਗਾ 20 ਲੱਖ ਰੁਪਇਆ ਦੇ ਕੇ, ਜੈਪਨੀ ਬੈਗ ਦੀ ਲਾਉਣੀ ਇੱਥੋਂ ਲੈ ਕੇ ਤੁਰ ਪਈ ਮੋਹਾਲੀ ਨੂੰ ਲੁਧਿਆਣੇ ਨੂੰ, ਤੇਰੇ ਨਾਲ ਝਾਕ ਵੀ ਜਾਵੇ ਨਾ ਕੋਈ, ਨਾਲ ਦਿਸਦੇ ਹੋਣਗੇ ਵਿੱਚ ਪੈਸੇ, ਪੈਸੇ ਪਏ, ਝਾਕ ਵੀ ਜਾਵੇ ਤੇਰੇ ਪੈਸਿਆਂ ਨਾਲ, ਖੋਣ ਦੀ ਗੱਲ ਤਾਂ ਦੂਰ, ਮੈਂ ਸਿਰ ਕਲਮ ਕਰਾ ਦੂੰਗਾ ਆਪਦੇ, ਪੁਲਿਸ ਦੇ ਹੱਥ ਖੋਲੇ ਸਰਕਾਰ, ਠੀਕ ਹੈ, ਜਿਹੜਾ ਮਾੜਾ ਕੰਮ ਕਰਦਾ ਉਹਨੂੰ ਸਜ਼ਾ ਦੇਣ, ਜਿਹੜਾ ਚੰਗਾ ਕੰਮ ਸਾਡਾ ਪੁਲਿਸ ਅਫਸਰ ਕਰਦਾ ਉਹਨੂੰ ਐਪਰੀਸ਼ੀਏਟ ਕਰਨ, 2 ਮਹੀਨੇ 'ਚ ਦੇਖ ਲਓ ਤੁਸੀਂ, ਇਹੀ ਪੰਜਾਬ, ਬਿਲਕੁਲ ਇਹੀ ਪੁਲਿਸ, ਇਹੀ ਪੰਜਾਬ, ਇਹੀ ਸਿਸਟਮ ਸਾਰਾ, ਹਾਂਜੀ, ਤੁਸੀਂ ਕਹਿੰਦੇ ਵੀ ਲੋਕੀ ਖੋਹਾਂ ਹੁੰਦੀਆਂ, ਮੈਂ ਕਹਿੰਦਾ ਤੁਸੀਂ ਛੱਤ ਤੇ ਗੱਡੀ ਦੀ ਤੇ ਬੈਗ ਰੱਖ ਕੇ ਲਿਜਾਇਓ, ਹੱਥ ਲਾ ਜੀ, ਜੇ ਪੁਲਿਸ ਕਰਨ ਤੇ ਆ ਜੀ, ਬਿਲਕੁਲ ਬਿਲਕੁਲ, ਇਹ ਤਾਂ ਕੁਛ ਵੀ ਨਹੀਂ, ਪੁਲਿਸ ਨੇ ਤਾਂ ਸਰਦਾਰ ਜੀ LMG ਦੇ ਮੁਕਾਬਲੇ ਉਸ ਵੇਲੇ ਸਟੇਨ ਗੰਨਾਂ ਨਾਲ ਕੀਤੇ ਆ, ਫੜਕੂ ਬਾਦ ਵੇਲੇ ਜਿਹੜੇ ਉਹਨਾਂ ਕੋਲ ਹਥਿਆਰ ਆਏ ਆ, ਅਸੀਂ ਅਸੀਂ ਉਸ ਵੇਲੇ ਦੇ ਭਰਤੀ ਹਾਂ ਜਦੋਂ ਚਰਮ ਸੀਮਾ ਤੇ ਸੀ, ਠੀਕ ਹੈ, ਅਸੀਂ ਉਹ ਨੌਜਵਾਨ ਸੀ ਉਸ ਵੇਲੇ, ਅਸੀਂ ਉਸ ਵੇਲੇ LMG ਦੇ ਮੁਕਾਬਲੇ SLR ਨਾਲ ਕੀਤੇ, ਸਾਡੇ ਕੋਲ ਉਦੋਂ ਬਾਅਦ ਵੈਪਨ ਚੰਗੀਆਂ ਸਾਡੇ 'ਚ, ਕਿਉਂਕਿ ਸਾਡੇ 'ਚ ਉਸ ਵੇਲੇ ਇੱਕ ਦ੍ਰਿੜਤਾ ਸੀ, ਸਾਡੇ ਪਿੱਛੇ ਇੱਕ ਸਾਡੀ ਚੰਗੀ, ਸਾਡੇ ਦਲੇਰ, ਸਾਡੇ ਪਿੱਛੇ ਵਰਦੀ ਦੀ ਦਲੇਰੀ ਖੜੀ ਸੀ, ਠੀਕ ਆ, ਅਸੀਂ ਚਲੋ ਗੁਨਾਹ ਕਰਨਾ ਹੋਰ ਹੁੰਦਾ, ਗਲਤੀ ਹੋਣੀ ਹੋਰ ਹੁੰਦੀ ਹੈ, ਠੀਕ ਹੈ, ਗਲਤੀ 'ਚ ਹੋਇਆ ਗੁਨਾਹ ਵੀ ਬਖਸ਼ਣਯੋਗ ਹੈ, ਪਰ ਜੇ ਜਾਣ ਬੁੱਝ ਕੇ ਕੀਤਾ ਗੁਨਾਹ ਫਿਰ ਉਹ ਬਖਸ਼ਣਯੋਗ ਹੁੰਦਾ, ਕੰਮ ਕਰਦਿਆਂ ਤੋਂ ਗਲਤੀਆਂ ਹੋ ਜਾਂਦੀਆਂ ਅਤੇ ਗਲਤੀ ਦੇ ਵਿੱਚੋਂ ਕਈ ਵਾਰੀ ਗੁਨਾਹ ਵੀ ਹੋ ਜਾਂਦਾ, ਪਰ ਉਹਦੇ ਪਿੱਛੇ ਮਨਸ਼ਾ ਨਹੀਂ ਮਾੜੀ ਹੁੰਦੀ, ਠੀਕ ਹੈ। ਹੁਣ ਕੀ ਹੈ, 4,000 'ਚ ਥਾਣੇਦਾਰ ਫੜ ਲਿਆ, 2,000 'ਚ ਥਾਣੇਦਾਰ ਫੜ ਲਿਆ, ਯਾਰ ਤੁਸੀਂ ਉਹਦੇ ਪਿੱਛੇ ਤਾਂ ਦੇਖੋ, ਠੀਕ ਹੈ, ਤੁਸੀਂ ਚਲਾਣ ਚੈੱਕ ਕਰਾਉਣ ਜਾਂਦੇ ਹਾਂ, 3-3 ਬੈਠੇ ਆ DA ਇੱਥੇ, ਹਰੇਕ ਭਾਲ ਦਾ ਕੋਈ ਨਹੀਂ ਬੋਲਦਾ, ਜੇ ਨਾਲੇ 4-5 ਹਜ਼ਾਰ ਕੀ ਜੇ ਇੱਥੇ ਦੇਖੋ ਨਾ, ਨਸਲ ਖਰਾਬ ਕਰਤੀ, ਪੀੜ੍ਹੀਆਂ ਦੇ ਪੀੜ੍ਹੀਆਂ ਤਬਾਹ ਕਰ, ਲੋਕ ਡਰ ਕੇ ਆਪਣੇ ਬੱਚੇ ਇੱਥੋਂ ਬਾਹਰ ਭੇਜਣ ਲੱਗ ਪਏ ਪੈਸੇ ਖਰਚ ਕੇ, ਤੁਸੀਂ ਉਹ ਨਹੀਂ ਦੇਖਦਾ ਤੁਹਾਨੂੰ, ਫੜੇ ਫੜਾਏ ਬੰਦੇ ਤੁਸੀਂ ਛਡਾਉਂਦੇ ਹੋ, ਸਿਫਾਰਿਸ਼ਾਂ ਕਰਦੇ ਹੋ, ਪੈਸੇ ਖਾਂਦੇ ਹੋ, 4-5 ਹਜ਼ਾਰ ਰੁਪਇਆ ਕੀ ਇਹ ਚੀਜ਼ ਦੇ ਸਾਹਮਣੇ ਲੈ ਲਿਆ, ਅਗਲੇ ਲੈ ਲਿਆ, ਕੰਮ ਕੀਤਾ ਹੋਊਗਾ ਕਿਸੇ ਦਾ ਲੈ ਲਿਆ, ਤੇ ਆਹ ਸੁਣਿਆ ਤਾਂ ਇਹਦਾ ਵੱਡੀ ਜਿਹੜੀ ਦਲਿਆਂ ਵਾਲੇ ਕੰਮ ਤਾਂ ਇਹ ਨੇ, ਜਿਹੜੇ ਤੁਸੀਂ ਕਰੋੜਾਂ ਲੈ ਕੇ
ਵੇਖੋ ਅੱਗੇ ਮਾਂ ਪਿਓ ਨੂੰ ਫਿਕਰ ਹੁੰਦਾ ਸੀਗਾ ਜਦੋਂ ਬੱਚਾ 17-18 ਸਾਲ ਦਾ ਹੋ ਜਾਂਦਾ ਸੀ ਮਾਂ ਪਿਓ ਦੀ ਥੋੜੀ ਜਿਹੀ ਚਿੰਤਾ ਹੁੰਦੀ ਸੀ ਵੀ ਬੱਚੇ ਦੀ ਨਿਗਾਹ ਰੱਖੀਏ ਹੁਣ ਤਾਂ ਜਦੋਂ ਬੱਚਾ 10 ਸਾਲ ਤੋਂ ਕ੍ਰੋਸ ਕਰਦਾ ਨਾ 11ਵੇਂ ਸਾਲ ਤੋਂ ਮਾਂ ਪਿਓ ਦੀ ਚਿੰਤਾ ਸ਼ੁਰੂ ਹੋ ਜਾਂਦੀ ਹੈ ਸਕੂਲਾਂ ਦੇ ਬਾਹਰ ਹੀ ਮਿਲਣ ਲੱਗ ਪਿਆ ਨਸ਼ਾ ਹੁਣ ਤਾਂ ਕੁੜੀਆਂ ਵੀ ਪੰਜਾਬ ਦੀਆਂ ਸੜਕਾਂ ਤੇ ਰੁਲਦੀਆਂ ਫਿਰਦੀਆਂ ਨੇ ਠੀਕ ਹੈ ਜੀ 10 ਸਾਲ ਤੋਂ ਬਾਅਦ ਜਿਹੜਾ ਮਾਂ ਪਿਓ ਬੱਚੇ ਦੀ ਚਿੰਤਾ 'ਚ ਡੁੱਬਿਆ ਫਿਰਦਾ ਉਹ ਹੋਰ ਕੀ ਕੰਮ ਸਮਾਜ ਵਾਸਤੇ ਕੀ ਕਰ ਦੂਗਾ ਉਹ ਤਾਂ ਇਹੀ ਲੱਗੀ ਮੇਰਾ ਬੱਚਾ ਕਿਵੇਂ ਨਾ ਕਿਵੇਂ 5-7 ਸਾਲ ਕੱਢੇ ਤੇ ਮੈਂ ਇਹਨੂੰ ਇੱਥੋਂ ਤੋੜਾਂ ਮੈਂ ਨਹੀਂ ਕਹਿੰਦਾ ਕੈਨੇਡਾ ਦੀ ਧਰਤੀ ਤੇ ਅਮਰੀਕਾ ਦੀ ਧਰਤੀ ਨਸ਼ੇ ਨਹੀਂਗੇ ਹੈਗੇ ਆ ਠੀਕ ਹੈ ਪਰ ਉੱਥੇ ਲੋਕਾਂ ਨੂੰ ਪਤਾ ਵੀ ਇਹਦੀ ਯੂਜ਼ਿੰਗ ਕੀ ਆ ਇਹਦੀ ਵੇਸਟ ਕੀ ਆ ਇਹਦੀ ਬਰਬਾਦੀ ਕੀ ਆ ਉੱਥੇ ਤਾਂ ਜ਼ਿਆਦਾ ਕਰਦੇ ਸਾਡੇ ਨਾਲੋਂ ਸਾਡੇ ਬੱਚੇ ਇੱਥੋਂ ਜਿਹੜੇ ਇੱਥੋਂ ਦੇ ਬੇਕਾਰ ਬੱਚੇ ਆ ਉੱਥੇ ਜਾ ਕੇ ਕਿੰਨੇ ਕਾਮਯਾਬ ਨੇ ਉਹ ਕਿਉਂ ਹੈ ਉਹਨਾਂ 'ਚ ਭਾਵਨਾ ਹੈਗੀ ਆ ਕੰਮ ਕਰਨ ਉਹਨਾਂ 'ਚ ਦ੍ਰਿੜਤਾ ਹੈਗੀ ਆ ਸਾਡੇ ਕੋਲ ਉਹਨਾਂ ਨੂੰ ਮਾਹੌਲ ਨਹੀਂ ਮਿਲ ਰਿਹਾ ਮਾਹੌਲ ਘੁੱਟਣ ਨਾ ਪੰਜਾਬ ਦੇ ਵਿੱਚ ਡਰ ਰਿਹਾ ਇਹ ਮਾਹੌਲ ਬਣਾਉਣਾ ਪਊਗਾ ਕਿਹਨੇ ਬਣਾਉਣਾ ਉਹ ਤੁਸੀਂ ਅਸੀਂ ਸਾਰਿਆਂ ਦੇ ਸਾਰਿਆਂ ਦਾ ਸਾਡਾ ਫਰਜ਼ ਬਣਦਾ